जी दोस्तों, रेडियो चन परदेसी तुसी सुन रहे हो, चन परदेसी रेडियो ते गगनदीप एक बार फिर तो हाजिर है प्रोग्राम लेके जिसका नाम है दीप लाइव शो। रिश्ता भावे कोई भी होवे, पर जेकर दुख दे विच अपनियां ने साथ ना दिता होवे तां खुशी दे विच उन्हां रिश्तियां दा कोई मतलब नहीं रह जांदा। असीं किन्ने भी खुश होईए जदों अजिहे भैण भरा फिर साडे नेड़े आउंदे ने, दोस्त मित्र साडे नाल नजदीकियां वधाउंदे ने, ते फिर मन दे विच उन्हां द्वारा पिछा खिंचे गए हुए पैर बार बार साडे सामने आउंदे ने। बार बार अहसास हुंदा है कि जदों सानूं जरूरत सी उदों साडे नाल नहीं खड़े, हुण की फायदा खुशियां च नाल आउण दा। सो कोशिश करिया करो दुख दे वेले जदों भैण भरा नूं जरूरत होवे, दोस्तां मित्रां नूं लोड़ होवे, नाल खड़ीए। वैसे कुदरती गल है, जदों असीं परेशान हुंदे आ, दुखी हुंदे आ, जदों सानूं सब तों वध जरूरत हुंदी है अपणियां दे सहारे दी, उस वेले सब तों ज्यादा टंगां भी अपणे ही खिंचदे ने, ते दूरियां भी फटाफट अपने ही बना जांदे ने, जिन्हां चीज़ां दी असीं कदे तवक्को नहीं कीती हुंदी। वैसे सोचण दी गल है, असीं सारी जिंदगी इन्हां रिश्तियां नूं कमाउण दे लई ला दिंदे आ, पर जदों सानूं जरूरत हुंदी है, जे उस वेले रिश्ते नाल नहीं हुंदे तां वाकई सानूं इंसानियत बारे सोचना चाहीदा है कि किधर नूं साडी सोच ते साडी समझ जा रही है। क्योंकि रिश्तियां नूं असीं कमाउंदे ही इस वास्ते आ कि साडा आउण वाला समां, साडी आउण वाली जिंदगी जिहड़ी है उह सही राह ते तुरे, जदों असीं जरूरत महसूस करिए साडे अपने नाल खड़न। पर हुंदा हमेशा इस तों उल्ट है। उम्मीद है तुहानूं अज दा विचार चंगा लग्या होगा, ते नाल आपां ਇਹ ਆਪਣੀ ਸੋਚ ਬਿਲਕੁਲ ਜਿਹੜੀ ਹੈ ਧਾਰਨਾ ਲੈ ਕੇ ਚੱਲਣੀ ਹੈ ਕਿ ਅਸੀਂ ਹਮੇਸ਼ਾ ਲੋੜ ਵੇਲੇ ਇੱਕ ਦੂਜੇ ਦੀ ਮਦਦ ਕਰਾਂਗੇ, ਇੱਕ ਦੂਜੇ ਦੇ ਨਾਲ ਖੜਾਂਗੇ। ਅਤੇ ਜੇ ਅਜਿਹੀ ਪ੍ਰਵਿਰਤੀ ਰਹੂਗੀ ਨਾ, ਤਾਂ ਫਿਰ ਇਹ ਸਮਝ ਲਓ ਵੀ ਤੁਸੀਂ ਵੀ ਕਦੇ ਆਪਣੇ ਦੁੱਖਾਂ ਦੇ ਵਿੱਚ ਇਕੱਲੇ ਨਹੀਂ ਹੋਊਂਗੇ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਿਲਸਿਲਾ ਤੁਹਾਡਾ ਸਾਰਿਆਂ ਦਾ ਪਸੰਦੀਦਾ ਕਲਾ ਮੰਚ, ਅਤੇ ਕਲਾ ਤੁਹਾਡੇ ਸਾਰਿਆਂ ਕੋਲ ਘੁੱਟ ਘੁੱਟ ਕੇ ਭਰੀ ਹੋਈ ਹੈ ਮੈਨੂੰ ਪਤਾ, ਅਤੇ ਅੱਜ ਉਹੀ ਕਲਾ ਇਸ ਮੰਚ 'ਤੇ ਆਪਾਂ ਸਾਰਿਆਂ ਨਾਲ ਸਾਂਝੀ ਕਰਨੀ ਹੈ। ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ +91 ਲਗਾ ਕੇ 762-6-98-33-91 ਨੰਬਰ ਹੈ ਜਿਸ ਨੂੰ ਡਾਇਲ ਕਰਨਾ ਹੈ ਤੁਸੀਂ। ਮੈਂ ਫਿਰ ਰਿਪੀਟ ਕਰ ਦਿੰਦੀ ਹਾਂ, 762-6-98-33-91 ਭਾਰਤੀ ਸਟੂਡੀਓ ਦਾ ਆਪਣਾ ਨੰਬਰ ਹੈ ਜਿਸ ਨੂੰ ਡਾਇਲ ਕਰਕੇ ਤੁਸੀਂ ਇਸ ਮੰਚ 'ਤੇ ਸਾਡੇ ਨਾਲ ਜੁੜ ਜਾਓਗੇ, ਅਤੇ ਤੁਹਾਡੀ ਸਾਂਝ ਜਿਹੜੀ ਹੈ ਸਾਡੇ ਨਾਲ ਬਣ ਜੂਗੀ। ਦੇਖਿਆ, ਜਦੋਂ ਆਪਾਂ ਇੱਕੋ ਸਮੇਂ 'ਤੇ ਦੋ ਕੰਮ ਕਰਦੇ ਹਾਂ ਤਾਂ ਫਿਰ ਧਿਆਨ ਵੱਟ ਜਾਂਦਾ, ਅਤੇ ਵਿਚਾਰਾ ਜਿਹੜਾ ਅਲਫਾਜ਼ਾਂ ਦਾ ਰਾਸਤਾ ਹੁੰਦਾ ਨਾ, ਉਹਨੂੰ ਸਮਝ ਨਹੀਂ ਆਉਂਦੀ ਹੁਣ ਕਿੱਧਰ ਨੂੰ ਜਾਵੇ, ਅਤੇ ਜ਼ੁਬਾਨ ਵੀ ਕਨਫਿਊਜ਼ ਹੋ ਜਾਂਦੀ ਹੈ। ਫਿਲਹਾਲ ਕੋਈ ਗੱਲ ਨਹੀਂ, ਆਪਾਂ ਜਿਹੜਾ ਹੁਣ ਧਿਆਨ ਇੱਕ ਪਾਸੇ ਕਰ ਰਹੇ ਹਾਂ, ਕਿਉਂਕਿ ਪਹਿਲਾਂ ਮੇਰਾ ਧਿਆਨ ਜਿਹੜਾ ਆਪਣੇ ਇੰਟਰਨੈਸ਼ਨਲ ਨੰਬਰ ਜਿਹੜੇ ਆ ਉਹਨਾਂ ਨੂੰ ਲਾਈਨ ਅਪ ਕਰਨ 'ਤੇ ਹੋ ਗਿਆ ਸੀ। ਸੋ ਨਾਲ ਹੀ ਤੁਹਾਨੂੰ ਦੱਸ ਦਿੰਦੇ ਕਿ ਜਿਹੜੇ ਰੇਡੀਓ ਚੰਨ ਪਰਦੇਸੀ ਦੇ ਇੰਟਰਨੈਸ਼ਨਲ ਨੰਬਰ ਨੇ ਉਹਨਾਂ ਨੂੰ ਡਾਇਲ ਕਰਕੇ ਵੀ ਤੁਸੀਂ ਇਸ ਮੰਚ 'ਤੇ ਸਾਡੇ ਨਾਲ ਜੁੜ ਸਕਦੇ ਹੋ, ਕਿਉਂਕਿ ਆਪਾਂ ਅਪਡੇਟ ਕਰ ਦਿੱਤਾ ਹੈ ਜੀ ਨੰਬਰ। ਸੋ ਬਿਲਕੁਲ ਇੰਟਰਨੈਸ਼ਨਲ ਨੰਬਰ ਮਿਲਾਓਗੇ ਤਾਂ ਵੀ ਇਸ ਮੰਚ 'ਤੇ ਤੁਸੀਂ ਸਾਡੇ ਨਾਲ ਜੁੜ ਜਾਓਗੇ। ਸੋ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਸਾਡੇ ਕੋਲ ਆਡੀਓ ਮੈਸੇਜਸ ਹਮੇਸ਼ਾ ਹੀ ਪਹੁੰਚਦੇ ਨੇ, ਅਤੇ ਅੱਜ ਇੱਕ ਥੋੜ੍ਹਾ ਜਿਹਾ ਚੇਂਜ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲਣਾ, ਉਹ ਇਹ ਹੈਗਾ ਕਿ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਦੋ ਤਿੰਨ ਜਿਹੜੇ ਮੇਰੇ ਆਡੀਓ ਮੈਸੇਜਸ ਕੱਢ ਕੇ ਰੱਖੇ ਹੋਏ ਪੂਰੇ ਭੰਡਾਰ ਦੇ ਵਿੱਚ, ਉਹ ਤੁਹਾਨੂੰ ਜ਼ਰੂਰ ਸੁਣਾਵਾਂਗੇ। ਉਸ ਤੋਂ ਬਾਅਦ ਆਪਾਂ ਕਾਲਸ ਜਿਹੜੀਆਂ ਹੈਗੀਆਂ ਉਹਨਾਂ ਦਾ ਸਿਲਸਿਲਾ ਸ਼ੁਰੂ ਕਰਾਂਗੇ। ਸੋ ਜਿਹੜੇ ਸਾਡੇ ਸਰੋਤੇ ਇਸ ਵੇਲੇ ਲਾਈਨ 'ਤੇ ਸਾਡੇ ਨਾਲ ਜੁੜੇ ਨੇ, ਅੱਜ ਉਹਨਾਂ ਨੂੰ ਥੋੜ੍ਹਾ ਜਿਹਾ ਇੰਤਜ਼ਾਰ ਕਰਨਾ ਪੈਣਾ, ਅਤੇ ਉਸ ਤੋਂ ਬਾਅਦ ਫਿਰ ਆਪਾਂ ਤੁਹਾਡੇ ਨਾਲ ਸਾਂਝ ਬਣਾਵਾਂਗੇ, ਕਿਉਂਕਿ ਜਗਵੰਤ ਖੇੜਾ ਜੀ, ਭੀਮਸੈਨ ਜੀ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ। ਪਰ ਉਸ ਤੋਂ ਪਹਿਲਾਂ ਚੰਦ ਮੈਸੇਜਸ ਜਿਨ੍ਹਾਂ ਦੀ ਸਾਂਝ ਸਾਡੇ ਨਾਲ ਬਣ ਚੁੱਕੀ ਹੈ, ਸਾਡੇ ਸਰੋਤੇ ਸੁਨੇਹਿਆਂ ਦੇ ਜ਼ਰੀਏ ਜੁੜੇ ਨੇ, ਉਹਨਾਂ ਦੀ ਹਾਜ਼ਰੀ ਜ਼ਰੂਰ ਲਗਵਾਈਏ। ਰਿੰਕੂ ਜੀ ਠੱਠੀ ਭਾਈ ਮੋਗਾ ਤੋਂ ਸਭ ਤੋਂ ਪਹਿਲਾਂ ਸੁਨੇਹਾ ਇਹਨਾਂ ਦਾ ਜਿਹੜਾ ਇਸ ਮੰਚ 'ਤੇ ਆਇਆ ਜੀ ਸਾਡੇ ਕੋਲ, ਸਤਿ ਸ਼੍ਰੀ ਅਕਾਲ ਗਗਨ ਜੀ, ਰਿੰਕੂ ਜੀ, ਰਣਵੀਰ, ਸੰਦੀਪ ਠੱਠੀ ਭਾਈ ਮੋਗਾ ਤੋਂ, ਬਹੁਤ ਹੀ ਪਿਆਰੇ ਦਿਲ, ਫੁੱਲਾਂ ਦਾ ਇੱਕ ਬੁੱਕੇ, ਅਤੇ ਨਾਲ ਸਤਿ ਸ਼੍ਰੀ ਅਕਾਲ, ਕਿਆ ਬਾਤ ਹੈ, ਕਿੰਨਾ ਸੋਹਣਾ ਅਦਬ ਹੈ ਨਾ, ਕਿਤੇ ਪਹੁੰਚ ਜਾਂਦਾ। ਸੋ ਦਿਲ ਦੇ ਨਾਲ ਫੁੱਲਾਂ ਦਾ ਬੁੱਕੇ ਲੈ ਕੇ ਸਤਿ ਸ਼੍ਰੀ ਅਕਾਲ ਬੁਲਾ ਕੇ ਅਸੀਂ ਕਿਸੇ ਦੇ ਘਰੇ ਦਰਵਾਜ਼ਾ ਖੜਕਾ ਕੇ ਵੜਦੇ ਹਾਂ ਨਾ, ਅਤੇ ਖੁਸ਼ੀਆਂ ਆਪਣੇ ਆਪ ਚਿਹਰੇ ਤੋਂ ਝਲਕ ਜਾਂਦੀਆਂ ਨੇ। ਸੋ ਕਹਿੰਦੇ ਆ ਜੀ, ਇੱਕ ਬਲਬ ਬਣਾਇਆ, ਪਤੀ ਨਾਲ ਪਤਨੀ ਚੁੱਪ ਉਦੋਂ ਹੀ ਕਰਦੀ ਹੈ ਜਦੋਂ ਨਾਰਾਜ਼ ਹੋਵੇ। ਅਤੇ ਤਰੀਕਾ ਹੀ ਬੜਾ ਵਧੀਆ, ਜਦੋਂ ਤੁਸੀਂ ਚੁੱਪ ਕਰਾਉਣਾ ਚਾਹੁੰਦੇ ਹੋ ਤਾਂ ਬਸ ਮੂੰਹ ਫੁਲਾ ਕੇ ਬੈਠ ਜਾਓ, ਅਤੇ ਬੜਾ ਵਧੀਆ। ਸੋ ਖੁਸ਼ਹਾਲ ਸਿੰਘ ਮਲ ਜੀ ਅੱਜ ਬੜੇ ਦਿਨਾਂ ਬਾਅਦ ਸਾਡੇ ਨਾਲ ਜੁੜੇ ਨੇ, ਸੋ ਉਮੀਦ ਹੈ ਖੁਸ਼ਹਾਲ ਜੀ ਤੁਸੀਂ ਬਿਲਕੁਲ ਠੀਕ ਹੋਵੋਗੇ, ਕਿਉਂਕਿ ਵਿੱਚ ਦੀ ਸਾਡੇ ਕੋਲ ਜਿਹੜਾ ਤੁਹਾਡੀ ਇੱਕ ਤਸਵੀਰ ਆਈ ਸੀ ਜਿਹਦੇ ਵਿੱਚ ਤੁਹਾਡੇ ਬੋਤਲ ਲੱਗੀ ਹੋਈ ਸੀ, ਸੋ ਗਲੂਕੋਜ਼ ਦੀ ਬੋਤਲ, ਅਤੇ ਹੋਰ ਨਾ ਕੋਈ ਸਮਝਿਓ। ਸੋ ਉਮੀਦ ਹੈ ਕਿ ਹੁਣ ਤੁਸੀਂ ਬਿਲਕੁਲ ਠੀਕ ਹੋਵੋਗੇ। ਸੋ ਚੰਗਾ ਲੱਗਿਆ ਅੱਜ ਤੁਹਾਡੇ ਸੁਨੇਹੇ ਨੂੰ ਇਸ ਮੰਚ 'ਤੇ ਵੇਖ ਕੇ। ਖੁਸ਼ਹਾਲ ਸਿੰਘ ਮਲ ਜੀ ਨਵਾਂ ਸ਼ਹਿਰ ਤੋਂ ਸਾਡੇ ਨਾਲ ਜੁੜ ਗਏ ਨੇ, ਸੁਨੀਤਾ ਰਾਣੀ ਜੀ ਨਵਾਂ ਸ਼ਹਿਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਪ੍ਰੋਗਰਾਮ ਦੇ ਨਾਲ ਜੁੜ ਗਏ ਨੇ, ਗਗਨਦੀਪ ਜੀ ਆਪ ਜੀ ਨੂੰ ਵੀ ਜਿਉਂ ਆਇਆ, ਸੋ ਸ਼ੁਕਰੀਆ। ਰੁਪਿੰਦਰ ਕੌਰ ਮੱਲੀ ਜੀ ਪਟਿਆਲਾ ਤੋਂ ਆ ਗਏ ਨੇ ਜੀ, ਸਤਿ ਸ਼੍ਰੀ ਅਕਾਲ। ਇਹਨਾਂ ਦੇ ਵੱਲੋਂ ਵੀ ਮਨਜੀਤ ਸਿੰਘ ਜੀ ਲਟਾਲਾ ਤੋਂ ਪ੍ਰੋਗਰਾਮ ਦੇ ਨਾਲ ਆਪਣੀ ਸਾਂਝ ਬਣਾ ਚੁੱਕੇ ਨੇ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਹਿ ਰਹੇ ਨੇ, ਸ਼ੁਕਰੀਆ ਜੀ। ਔਰ ਸੁਖਜੀਤ ਜੀ ਜਿਹੜੇ ਆ
प्रोग्राम दे नाल फरीदकोट तो जुड़ गए ने। क्या पता है सुखजीत जी भी, सत श्री अकाल। थम्स अप ते एक बहुत ही सोहना गुलाब लैके इस मंच ते पहुंचे ने। सो मैनूं लगदा वी अज पूरी फुलां दी महक आउणी आ साडे इस प्रोग्राम चो। कुछ लोग कहिंदे व्याहे होण दे बावजूद वी इकल्यां वर्गी जिंदगी कटदे ने। सो वाकई गल तुहाडी सही है, जदों आपसी अंडरस्टैंडिंग ना होवे ते फिर हालात इहो जिहे बणदे आ। राम सिंह जी फुलों मिठी तो जुड़ गए ने। गगन जी सत श्री अकाल, तुहानू भी सत श्री अकाल। रामजीत खंगूड़ा जी भी आ गए ने प्रोग्राम च, सत श्री अकाल गगन जी। तुहानू भी अकत्तर सिंह जी हर रायपुर तो प्रोग्राम दे नाल जुड़ गए ने। गगन बहन सत श्री अकाल ते थम्स अप अपने प्रोग्राम दे लई शुक्रिया। ते बख्शी राम जी दुबई तो प्रोग्राम दे नाल जुड़ गए ने। गगन जी बहुत सोहना विचार, माशाला शुक्रिया, आदाब नमस्कार सत श्री अकाल। इन्हां दे वल्लों भी सारे श्रोतियां दे नाल सांझी कर दित्ती गई है। खुशवंत चाहल जी कैलगरी तो प्रोग्राम दे नाल जुड़ चुके ने। खुशवंत जी वालों एक पोस्ट सांझी की गई है, की है करदे तुहाडे नाल सांझी। कहिंदे जी एक बार एक चरण सिंह नौकरी दे चक्कर दे विच मुंबई गया। उस नूं नौकरी तां मिल गई पर रहण दे लई मकान ना मिले। उस नूं उदास देख के उस दे बॉस ने उस नूं कारण पुछया तां चरण सिंह ने दस्सिया कि किराए दे मकान नहीं मिल रहा। यह सुन के बॉस कहिंदा है कि इहदे च उदास होण वाली की गल है, आज जदों तक तुहानू किराए ते मकान नहीं मिल जांदा तुसी मेरे घर गैस्ट रूम दे विच बेफिक्र होके रह सकदे हो। चरण सिंह दे चेहरे ते खुशी आ गई ते ओह बॉस दे घर चला गया। पर बॉस दी घर वाली खुश नहीं सी। ओह चरण सिंह दे रूम दे विच जाण तों बाद अपने पति नूं कहिंदी है कि किस जनाब नूं लै आए हो तुसी, मैनूं तां डर लगदा है हुण कल्ली नूं घरे वी। उसदा पति कहिंदा है कि सरदार है ते इह लोक बहुत चंगे हुंदे ने। ओदा भी उसने कहा कि सदा दे लई नहीं रहना, बस 5-10 दिनां दी गल है, जद उसनू किराए ते मकान मिल गया तो चला जाऊगा। करदे करौंदे उसने घरवाली नू मना लिया। होया कि 5-6 दिनां बाद बॉस नू 2 दिनां दे लई दिल्ली जाना पै गया। बाद दे विच घरवाली ने चरण सिंह नू परखण दे लई सोचिया। ओह चरण सिंह दे रूम दे विच चली गई ते कहिंदी कि मैनू 5,000 रुपया दी लोड़ है। चरण सिंह ने दे दिते। फिर कहिंदी कि इह गल उन्हां कोल ना करियो। इह कह के बैड ते बैठदी होई कहिंदी कि मैथों जो चाहिंदा है लै लो। उस दी इह गल सुण के पहलां तां चरण सिंह अंदरों अंदर ही हसिया ते फिर सिरहाणे पई अपनी पग दे इक लड़ दे विचों लीर पाड के कहिंदा है कि हां मैनू तेरे चो मेरी भैण चाहीदी है, इह लीर दी रखड़ी बना ते बन दे भैणे। इह सुण के ओह हैरान रह गई ते अपने भरा ते माण वी कीता। दिल्लियों वापस आए, पति नूं सारी गल दसी ते चरण सिंह नूं कहा कि जे हुण किराए दा मकान लभण दी कोशिश भी कीती तां साथ बुरा कोई नहीं, हुण ओह साडे नाल ही रहूगा। सो क्या बात है खुशवंत जी, सोहनी कहानी, सोहना संदेश दिंदी है कि कई बार असीं अंदाजे लाउने आ जो असीं किसी बारे सोचदे आ हकीकत दे विच ओह नहीं निकलदे आ। सो बहुत बहुत शुक्रिया। सो इस करके जदों भी किसी दे बारे कुछ भी कहना तां पहलां कुख पड़ताल कर लैणी चाहीदी आ। सुखविंदर सिंह सुखा जी बठिंडा तो प्रोग्राम दे नाल जुड़ गए ने। गगनदीप जी प्यार भरी सत श्री अकाल, तुहानू भी सत श्री अकाल, कहिंदे प्रोग्राम नूं सुन रहे हैं शुक्रिया। रणजीत सिंह जी दुबई तो प्रोग्राम दे नाल जुड़ चुके ने और ए भी प्रोग्राम नूं सुन रहे ने। मेरे कोल तुहाडियां कॉल जिहड़ियां लगातार आ रहियां ने, बहुत जल्द आउने आ तुहाडे वल। सिमरनजीत कौर जी लुधियाणा तो पहुंच गए ने प्रोग्राम च। हांजी गगन जी वेलकम। अज तां कहिंदे सब तैयारी कर रहे होणे आ अपने हुण हुनर दिखाउण दी, लै फिर गल बन गई है। क्या बात है। ते लो जी अज ते ना सिमरन जी जी ने लुधियाणा तो सानू खीर बना के भेजी है ते यह खीर जिहड़ी स्टेटस ते अपडेट हो गई। आपो आपदे हिस्से जिहड़े तुसी लै सकदे हो ते फ्री होके खा लियो, कोई चक्कर नहीं। आपां तो फ्री होण दा मौका ही नहीं, आपां ते नाल नाल खावांगे। ते प्रगट जी जिहड़े आ बिल्कुल पुर्तगाल तो साडे नाल जुड़े ने। ते प्रगट जी कल जिहड़ी तुसी सानू खाने दी थाली भेजी सी ना, मेरे कोल बहुत सारे सवाल आए, बहुत सारे स्रोतियां ने अंदाजे लाए। कईयां ने तुहाडियां नूडल्स नूं पकौड़े दस्या ते नाल जिहड़े पए दो ब्रैड ने उहनां नूं गुलगुले भी दस्या ते नींबू दा जूस भी दस्या ते आ पीली मूंगी दी दाल क्या ते जिहड़ी ब्राउन जिहे कलर दी हैगी आ ना उहनूं सारे कहिंदे सोया सॉस है। ते हुण तुसीं मैनूं दस्सना वी तुसीं अपनी थाली दे विच कीहड़ियां चीज़ां सी ते किन्ने कु स्रोतियां दे अंदाजे सही ने, अज इह सवाल तुहाडे लई। ते रमन वर्मा जी हनुमानगढ़ तो प्रोग्राम दे नाल जुड़ गए ने। रमन वर्मा दिव्यांश वर्मा सिद्धक वर्मा समूह वर्मा परिवार पिंड बुरज हनुमानगढ़ नेड़े मंडी आने वाला जिला फाजिलका तो अहमदगढ़ मंडी तो मोहम्मद अनवर अंसारी जी प्रोग्राम दे नाल जुड़ गए ने। जसलीन जी आ गए ने जी, कुलवंत सिद्धू जी टोरंटो कैनेडा तो सत श्री अकाल लैके पहुंच गए ने। इन्हां वल्लों हमेशा गुड लक पहुंचदी है। सो शुक्रिया। हरमेल जी एडवोकेट बठिंडा तो प्रोग्राम नाल जुड़ गए ने। सत श्री अकाल गगन भैन जी, तुहानू भी सत श्री अकाल। मनप्रीत कौर जी पिंड वांदर तो प्रोग्राम दे नाल जुड़ गए ने। भूआ दे बोली आ गया। कहिंदे इधर आला उधर आला विच आले दे गुच्छी मुंडे दी भूआ लड़ ली पकौड़िया पिछे रस्सी मुंडे दी भूआ लड़ ली
ਪਕੌੜਿਆਂ ਵਿੱਚ ਰੁਸੀ। ਆਪਾਂ ਕਿਸੇ ਭੂਆ ਨੂੰ ਰੁਸਣ ਨਹੀਂ ਦੇਣਾ। ਤੇ ਨਾਲ ਨਾਲ ਕਵਿਤਾ ਜੀ ਜਿਹੜੇ ਆ ਸਾਡੇ ਨਾਲ ਜੁੜੇ ਨੇ ਰਾਜਸਥਾਨ ਤੋਂ, ਪਹਿਲੀ ਵਾਰ ਪ੍ਰੋਗਰਾਮ ਨਾਲ ਸਾਂਝ ਬਣਾਈ ਹੈ, ਸੋ ਬਹੁਤ ਬਹੁਤ ਸਵਾਗਤ ਕਵਿਤਾ ਜੀ। ਜਰਨੈਲ ਸਿੰਘ ਜੀ ਦੁਬਈ ਤੋਂ ਪ੍ਰੋਗਰਾਮ ਦੇ ਨਾਲ ਜੁੜੇ ਨੇ। ਜਰਨੈਲ ਜੀ ਤੁਹਾਡਾ ਵੀ ਸਵਾਗਤ। ਇੰਦਰਜੀਤ ਜੀ ਥਾਈਲੈਂਡ ਤੋਂ ਅੱਜ ਕਾਫੀ ਦਿਨਾਂ ਬਾਅਦ ਸੁਨੇਹਾ ਪਹੁੰਚਿਆ, ਸੋ ਇੰਦਰਜੀਤ ਜੀ ਥਮਜ਼ਅਪ ਵੀ ਆ ਗਿਆ, ਸ਼ੁਕਰੀਆ ਪ੍ਰੋਗਰਾਮ ਦੇ ਨਾਲ ਜੁੜਨ ਦੇ ਲਈ। ਕਮਲਜੀਤ ਕੌਰ ਜੀ ਅਮਰੀਕਾ ਤੋਂ ਪ੍ਰੋਗਰਾਮ ਨਾਲ ਜੁੜ ਗਏ ਨੇ। ਇੰਜੀਨੀਅਰ ਮੰਦਰ ਸਿੰਘ ਰੋਮਾਣਾ ਜੀ ਵੀ ਪ੍ਰੋਗਰਾਮ ਨਾਲ ਸਾਂਝ ਬਣਾ ਚੁੱਕੇ ਨੇ। ਗਗਨਦੀਪ ਜੀ ਸਤਿ ਸ੍ਰੀ ਅਕਾਲ। ਦੀਪ ਲਾਈਵ ਸ਼ੋਅ ਦੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮਨਜਿੰਦਰ ਬੁੱਟਰ ਜੀ ਜਿਹੜੇ ਆ ਵਿਨੀਪੈਗ ਤੋਂ ਪ੍ਰੋਗਰਾਮ ਦੇ ਨਾਲ ਜੁੜ ਗਏ ਨੇ। ਲੇਕ ਹੁਣ ਮੈਂ ਨਾਮ ਪਤਾ ਨਹੀਂ ਸਹੀ ਬੋਲੂੰਗੀ ਜਾਂ ਨਹੀਂ, ਜੇ ਮੈਂ ਨਹੀਂ ਬੋਲਿਆ ਨਾ ਸਹੀ ਤਾਂ ਹੱਸਣਾ ਨਹੀਂ ਕਿਸੇ ਨੇ। ਇਹਨਾਂ ਨੇ ਲਿਖਿਆ ਵੀ ਲੇਕ LOUISE, ਮੈਂ ਬੋਲਣਾ ਨਹੀਂ ਹੈ। ਸੋ ਅਲਬਰਟਾ ਕੈਨੇਡਾ ਦੇ ਵਿੱਚ ਇਹ ਲੇਖ ਹੈਗੀ ਆ, ਬਹੁਤ ਸੋਹਣੀ। ਇਹਨਾਂ ਨੇ ਇਹ ਵੀਡੀਓ ਸਾਡੇ ਨਾਲ ਸਾਂਝੀ ਕੀਤੀ ਆ, ਲਓ ਆਪਾਂ ਇਹਨੂੰ ਨਾ ਸਟੇਟਸ 'ਤੇ ਅਪਡੇਟ ਕਰ ਰਹੇ ਹਾਂ। ਅਤੇ ਹੁਣ ਮੈਨੂੰ ਪੰਜਾਬੀ 'ਚ ਨਾਮ ਲਿਖ ਕੇ ਭੇਜ ਦਿਓ ਵੀ ਇਹਨੂੰ ਐਗਜੈਕਟਲੀ ਪੰਜਾਬੀ ਦੇ ਵਿੱਚ ਕਿਹੜੀ ਲੇਖ ਕਹਿੰਦੇ ਨੇ, ਹੈ ਨਾ। ਅਤੇ ਵੈਸੇ ਮੈਨੂੰ ਐਂ ਵੀ ਗਲਤ ਬੋਲਣ ਨਾਲੋਂ ਬੈਟਰ ਆਪਾਂ ਨਾ ਬੋਲੀਏ। ਤੋ ਦਲਵੀਰ ਜੀ ਟੋਰੰਟੋ ਕੈਨੇਡਾ ਤੋਂ ਪ੍ਰੋਗਰਾਮ ਦੇ ਨਾਲ ਜੁੜ ਗਏ ਨੇ। ਦਲਵੀਰ ਜੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਗੁਰਮੋਹਰ ਜੀ ਜਿਹੜੇ ਆ ਅਮਰੀਕਾ ਤੋਂ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਨੇ। ਅਤੇ ਝੰਡਾ ਜੀ ਝੋਟੇ ਕੋਟ ਅਮਰੀਕਾ ਤੋਂ ਸਾਂਝ ਬਣਾ ਚੁੱਕੇ ਨੇ। ਬਿੱਕਰ ਜੀ ਹਰਿਆਣਾ ਤੋਂ ਜੁੜ ਗਏ ਨੇ। ਮਲਕੀਤ ਜੀ ਕੁੜਿਆਣਾ ਤੋਂ, ਗੁਰਪ੍ਰੀਤ ਕੈਂਤ ਜੀ ਬੁਢਲਾਡਾ ਤੋਂ, ਸਾਰਿਆਂ ਦੇ ਨਾਲ ਸਾਂਝ ਬਣਾਵਾਂਗੇ। ਪਰ ਹੁਣ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਸੁਣਾਉਣ ਲੱਗੀ ਹਾਂ ਚੰਦ ਆਡੀਓ ਮੈਸੇਜ, ਅਤੇ ਉਸ ਤੋਂ ਬਾਅਦ ਫਿਰ ਆਪਾਂ ਕਾਲ ਦਾ ਸਿਲਸਿਲਾ ਜਿਹੜਾ ਸ਼ੁਰੂ ਕਰਾਂਗੇ, ਅਤੇ ਫਿਰ ਆਪਾਂ ਲਗਾਤਾਰ ਤੁਹਾਡੀਆਂ ਕਾਲਾਂ ਤੁਹਾਡੇ ਰੂਬਰੂ ਕਰਾਂਗੇ। ਪਰ ਪਹਿਲਾਂ ਆਡੀਓ ਮੈਸੇਜ ਗੁਰਮੋਹਰ ਜੀ ਵੱਲੋਂ ਅਮਰੀਕਾ ਤੋਂ ਸਾਡੇ ਤੱਕ ਪਹੁੰਚਾਇਆ ਗਿਆ। ਸੋ ਇਸ ਆਡੀਓ ਮੈਸੇਜ ਦੇ ਵਿੱਚ ਕੀ ਖਾਸ ਰਚਨਾ ਪਹੁੰਚੀ, ਆਓ ਸੁਣਦੇ। ਉਸ ਤੋਂ ਬਾਅਦ ਪਰਮਿੰਦਰ ਖਹਿਰਾ ਜੀ ਦੀ ਆਵਾਜ਼ ਸੁਣੋਗੇ, ਫਿਰ ਰਾਮ ਬਰਾੜ ਜੀ ਜਿਹੜੇ ਅਬਲੂ ਤੋਂ, ਉਹਨਾਂ ਨੇ ਵੀ ਇੱਕ ਵਾਰ ਸਾਡੇ ਨਾਲ ਇੱਕ ਆਡੀਓ ਸਾਂਝੀ ਕੀਤੀ ਸੀ। ਸੋ ਬਹੁਤ ਪਿਆਰੀ ਇਹ ਆਡੀਓ ਅਤੇ ਬਹੁਤ ਪਿਆਰੀ ਆਵਾਜ਼ ਹੈ ਉਹਨਾਂ ਦੀ, ਇਹ ਵੀ ਤੁਹਾਨੂੰ ਸੁਣਨ ਨੂੰ ਮਿਲੂਗੀ। ਅਤੇ ਨਾਲ ਹੀ ਕਮਲ ਪੰਕਜ ਜੀ ਦੁਆਰਾ ਗਾਇਆ ਇੱਕ ਗੀਤ, ਉਹ ਵੀ ਤੁਸੀਂ ਸੁਣੋਗੇ। ਅਤੇ ਇੱਕ ਆਡੀਓ ਅਖੀਰ ਦੇ ਵਿੱਚ ਤੁਸੀਂ ਸੁਣੋਗੇ ਡਾਕਟਰ ਜ਼ੁਲਫੀਕਾਰ ਅਲੀ ਮਲਿਕ ਜੀ ਦੀ, ਜੋ ਪਾਕਿਸਤਾਨ ਤੋਂ ਸਾਡੇ ਕੋਲ ਪਹੁੰਚੀ ਆ। ਜੇ ਇਹ ਆਡੀਓਜ਼ ਤੁਹਾਨੂੰ ਜਿਹੜੀਆਂ ਪ੍ਰੋਗਰਾਮ 'ਚ ਆਪਾਂ ਜ਼ਰੂਰ ਸੁਣਾਵਾਂਗੇ, ਫਿਰ ਆਪਾਂ ਕਾਲ ਦਾ ਸਿਲਸਿਲਾ ਸ਼ੁਰੂ ਕਰਾਂਗੇ। ਲੋ ਫਿਰ ਪਹਿਲਾਂ ਗੁਰਮੋਹਰ ਜੀ ਦੀ ਆਵਾਜ਼ ਲੱਗਿਆ ਕਰਨ ਤੁਹਾਡੇ ਸਾਰਿਆਂ ਦੇ ਰੂਬਰੂ। ਮੇਰੀ ਕਵਿਤਾ ਜੀ, ਜੋ ਪੰਡਤਾਂ ਨੇ ਵਹਿਮ ਭਰਮ ਸ਼ਨੀ ਮੰਗਲ ਦੇ ਪਾਏ, ਉਹਨਾਂ ਦੇ ਉੱਤੇ ਕਟਾਕਸ਼ ਕੀਤਾ। ਮੰਗਲੀਕ ਕੱਦੂ ਦਾ ਵਿਆਹ, ਮੁੱਠੇ ਕੱਦੂ ਦੀ ਹੋਈ ਕੁੜ ਮਾਈ, ਸ਼ਕਰ ਕੰਦੀ ਨੱਚਣ ਨੂੰ ਆਈ। ਮੁੱਠੇ ਕੱਦੂ ਦੀ ਹੋਈ ਕੁੜ ਮਾਈ, ਸ਼ਕਰ ਕੰਦੀ ਨੱਚਣ ਨੂੰ ਆਈ। ਟਿੰਡਾ ਨੱਚੇ ਬੈਂਗਣ ਨੱਚੇ, ਪਿੰਡ ਦੇ ਵੇਖਣ ਆਏ ਬੱਚੇ। ਚਿਬੜੇ ਆਖੇ ਵੇਖ ਨਜ਼ਾਰਾ, ਹਲਵਾ ਆਇਆ ਲਾਉਣ ਸ਼ੁਹਾਰਾ। ਅਰਬੀ ਕੀਤੀ ਸੁਰਮ ਸੜਾਈ, ਸ਼ੱਕਰ ਕੰਦੀ ਨੱਚਣ ਨੂੰ ਆਈ। ਵਿੱਚ ਝੋਲੀ ਦੇ ਪਾਇਆ ਤੇਲਾ, ਨਾਲੇ ਲਾਇਆ ਮੂੰਹ ਨੂੰ ਕੇਲਾ। ਲੀਚੀ ਸੇਬ ਸੰਤਰਾ ਆਇਆ, ਪੀਤੀ ਬਿਨਾਂ ਫਿਰ ਨਸ਼ੇ ਆਇਆ। ਪਿੰਡੇ ਆ ਗਈ ਬਿਨਾ ਬੁਲਾਈ, ਸ਼ੱਕਰ ਕੰਦੀ ਨੱਚਣ ਨੂੰ ਆਈ। ਏਕਾਂ ਦਾ ਕਰੇਲਾ ਗਾਵੇ, ਮਟਰ ਲੋਬੀਆਂ ਗਿੱਧਾ ਪਾਵੇ। ਸ਼ਿਮਲਾ ਮਿਰਚ ਨੇ ਬੋਲੀ ਪਾਈ, ਕਾਲੀ ਤੋਰੀ ਧੋਣ ਹਲਾਈ। ਬੇਰਾਂ ਆ ਕੇ ਸ਼ੈਬਰ ਲਾਈ, ਸ਼ੱਕਰ ਕੰਦੀ ਨੱਚਣ ਨੂੰ ਆਈ। ਭੱਜਾ ਆਇਆ ਅੰਬ ਵੀ ਲੰਗੜਾ, ਇੱਕ ਲੱਤੇ ਉੱਤੇ ਪਾਵੇ ਭੰਗੜਾ। ਅਦਰਕ ਉੱਤੇ ਪੁਦੀਨਾ ਆਇਆ, ਧਨੀਏ ਆ ਵੇੜਾ ਮਹਿਕਾਇਆ। ਲੱਗੀ ਰੌਣਕ ਦੂਣ ਸਵਾਈ, ਸ਼ੱਕਰ ਕੰਦੀ ਨੱਚਣ ਨੂੰ ਆਈ। ਉਹ ਰੰਗ ਵਟਾਈ ਫਿਰ ਖਰਬੂਜਾ, ਅੱਜ ਨਚਾਉਣੀ ਮੈਂ ਮਿਸ ਪੂਜਾ। ਪਹਿਲਾਂ ਪਾਉਂਦਾ ਫਿਰ ਹਦਵਾਣਾ, ਟੱਪੀ ਫਿਰਦਾ ਸਾਰਾ ਹੀ ਲਾਣਾ। ਆਤਿਸ਼ਬਾਜੀ ਖੂਬ ਚਲਾਈ, ਸ਼ੱਕਰ ਕੰਦੀ ਨੱਚਣ ਨੂੰ ਆਈ। ਵਿੱਚ ਸਲਾਦ ਦੇ ਮੂਲੀ ਖੀਰਾ, ਨਾਲੇ ਪਾਈ ਬੂੰਦ ਕਤੀਰਾ। ਕੱਟ ਕੇ ਪਾਈ ਗੋਭੀ ਬੰਦ, ਉੱਤੋਂ ਦੀ ਪਾਈ ਗੁਲਕੰਦ। ਨਾਲੇ ਖਾਧੀ ਰਸ ਮਲਾਈ, ਸ਼ੱਕਰ ਕੰਦੀ ਨੱਚਣ ਨੂੰ ਆਈ। ਸਾਰੀ ਸਬਜ਼ੀ ਹੋ ਗਈ ਮਿਕਸ, ਡੇਟ ਵਿਆਹ ਦੀ ਹੋ ਗਈ ਫਿਕਸ। ਲੋਕੀ ਵਿਆਹ ਦਾ ਪਾਇਆ ਲਹਿੰਗਾ, ਆਪ ਖਰੀਦਿਆ ਸਭ ਤੋਂ ਮਹਿੰਗਾ।
ਨਾਲੇ ਕੀਤੀ ਨਰਮ ਵਛਾਈ ਸ਼ੁਕਰ ਕੰਦੀ ਮੱਚਣੇ ਨੂੰ ਆਈ ਉਹ ਬਣ ਗਿਆ ਸਾਰਾ ਹਲਵਾ ਮੁੰਡਾ ਨੱਕ ਸੁਣਕਦਾ ਆਇਆ ਗੰਡਾ ਗੁੱਸੇ ਹੋਇਆ ਫਿਰ ਕਚਾਲੂ ਭਜਾਇਆ ਪਿੱਛੋਂ ਆਲੂ ਪੋਣੀ ਚੁੱਕੀ ਫਿਰ ਹਲਵਾਈ ਸ਼ੱਕਰ ਕੰਦੀ ਨੱਚਣੇ ਨੂੰ ਆਈ ਲਾਲ ਰੰਗ ਦੀ ਲੈ ਫੁਲਕਾਰੀ ਮਹਿੰਦੀ ਲਾਉਣ ਦੀ ਕਰੀ ਤਿਆਰੀ ਭੱਜਾ ਆਇਆ ਬਾਹਰੋਂ ਸ਼ਲਗਮ ਕੀਤੀ ਉੱਤੇ ਪੈ ਗਈ ਬਲਗਮ ਆ ਕੇ ਮੰਗਲ ਟੰਗ ਅੜਾਈ ਸ਼ੱਕਰ ਕੰਦੀ ਨੱਚਣੇ ਨੂੰ ਆਈ ਕੱਦੂ ਆਇਆ ਬਨ ਕੇ ਸੇਰੇ ਹੋਣ ਲੱਗੇ ਜਦ ਲਾਵਾਂ ਫੇਰੇ ਉਹ ਪੰਡਿਤ ਕਹਿੰਦਾ ਵਿਆਹ ਨੀ ਹੋਣਾ ਇੱਥੇ ਤੇਲ ਕਿਸੇ ਨੀ ਚੋਣਾ ਪਾਂਦੇ ਵਾਪਸ ਜੰਝ ਕਲਾਈ ਸ਼ੱਕਰ ਕੰਦੀ ਨੱਚਣੇ ਨੂੰ ਆਈ ਉਹ ਬੱਜੀ ਗੁੱਜੀ ਰਹਿ ਗਈ ਤੌਣ ਕੋਲ ਖੜਾ ਵੇਖੇ ਗੁਰਮੋਣ ਉਹ ਬੱਜੀ ਗੁੱਜੀ ਰਹਿ ਗਈ ਤੌਣ ਕੋਲ ਖੜਾ ਵੇਖੇ ਗੁਰਮੋਣ ਕੁੰਡਲੀ ਤੋਂ ਕੱਦੂ ਮੰਗਲੀਕ ਸਾਰੀ ਉਮਰ ਲਈ ਲਾਤੀ ਲੀਕ ਉਹ ਪੰਡਤਾਂ ਘਰ ਘਰ ਪਾਈ ਲੜਾਈ ਸ਼ੱਕਰ ਕੰਦੀ ਨੱਚਣੇ ਨੂੰ ਆਈ ਮੋਟੇ ਕੱਦੂ ਦੀ ਹੋਈ ਕੁੜ ਮਾਈ ਸ਼ੱਕਰ ਕੰਦੀ ਨੱਚਣੇ ਨੂੰ ਆਈ ਧੰਨਵਾਦ ਜੀ ਵਾਹ ਜੀ ਵਾਹ ਕਿਆ ਬਾਤ ਹੈ ਮਤਲਬ ਸਾਰੀਆਂ ਸਬਜ਼ੀਆਂ ਨੇ ਅੱਜ ਵਿਆਹ ਦਾ ਪੂਰਾ ਜਸ਼ਨ ਮਨਾਇਆ ਸੋ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਇਹ ਰਚਨਾ ਜ਼ਰੂਰ ਪਸੰਦ ਆਈ ਹੋਣੀ ਹੈ ਅਤੇ ਹੁਣ ਮੇਰੇ ਕੋਲ ਜਿਹੜੀਆਂ 3-4 ਰਚਨਾਵਾਂ ਹੋਰ ਨੇ ਉਹ ਵੀ ਤੁਹਾਨੂੰ ਸੁਣਾਉਣੀਆਂ ਨੇ ਪਰ ਮੈਨੂੰ ਲੱਗਦਾ ਵੀ ਕਾਲ ਦੇ ਜ਼ਰੀਏ ਇੰਤਜ਼ਾਰ ਸਾਡੇ ਸਰੋਤਿਆਂ ਦਾ ਬਹੁਤ ਜ਼ਿਆਦਾ ਲੰਬਾ ਹੋ ਗਿਆ ਅਤੇ ਆਪਾਂ ਪਹਿਲਾਂ ਉਹਨਾਂ ਦੇ ਨਾਲ ਸਾਂਝ ਬਣਾ ਲਈਏ ਸਭ ਤੋਂ ਪਹਿਲਾਂ ਜਗਵੰਤ ਖੇੜਾ ਜੀ ਸਾਡੇ ਨਾਲ ਜੁੜੇ ਹੋਏ ਨੇ ਅਮੈਰੀਕਾ ਤੋਂ ਫਿਰ ਭੀਮ ਸੈਨ ਜੀ ਫਿਰ ਖੁਸ਼ਹਾਲ ਸਿੰਘ ਮਲ ਜੀ ਗਿੱਲ ਆਂਟੀ ਜੀ ਸਾਰੇ ਜਿਹੜੇ ਲਗਾਤਾਰ ਕਾਲ ਦੇ ਜ਼ਰੀਏ ਜੁੜਨ ਦੀ ਕੋਸ਼ਿਸ਼ ਦੇ ਵਿੱਚ ਅਗਲੀ ਆਡੀਓ ਜਿਹੜੀ ਉਹ ਜ਼ਰੂਰ ਸੁਣਾਵਾਂਗੇ ਕਾਲਸ ਦੇ ਵਿੱਚ ਬ੍ਰੇਕ ਪਾ ਕੇ ਪਰ ਪਹਿਲਾਂ ਚੱਲਦੇ ਹਾਂ ਜਗਵੰਤ ਜੀ ਵੱਲ ਦੇਖਦੇ ਹਾਂ ਜੀ ਅੱਜ ਕੀ ਲੈ ਕੇ ਪਹੁੰਚੇ ਨੇ ਕਲਾਕਾਰੀ ਦੇ ਰੂਪ ਦੇ ਵਿੱਚ ਬਹੁਤ ਬਹੁਤ ਸਵਾਗਤ ਜਗਵੰਤ ਖੇੜਾ ਜੀ ਪ੍ਰੋਗਰਾਮ ਚ ਗਗਨ ਜੀ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਸਵਾਗਤ ਤੇ ਅੱਜ ਜਗਵੰਤ ਜੀ ਕੀ ਲੈ ਕੇ ਪਹੁੰਚੇ ਹੋ ਅੱਜ ਦੇ ਇਸ ਸਿਲਸਿਲੇ ਦੇ ਵਿੱਚ ਆਪਣੇ ਪਰਿਵਾਰ ਨਾਲ ਕੀ ਸਾਂਝਾ ਕਰੋਗੇ ਹਾਂ ਜੀ ਮੈਂ ਤੁਹਾਨੂੰ ਇੱਕ ਗੀਤ ਸੁਣਾਵਾਂਗਾ ਜੀ ਜੀ ਜ਼ਰੂਰ ਆ ਜਾਓ ਜਦੋਂ ਦਾ ਹਾਂਜੀ ਜਦੋਂ ਦੀ ਤੁਸੀਂ ਹੋਲਡ ਕਰਵਾਇਆ ਸੀਗਾ ਨਾ ਮੈਂ ਪੂਰਾ ਲੋਨ ਦੇ ਵਿੱਚ ਪੂਰਾ ਗਰਾਸ ਲਗਾਤਾ ਜੀ ਵਾਹ ਜੀ ਵਾਹ ਕੀ ਬਾਤ ਹੈ ਬੈਠ ਕੇ ਜੀ ਫਿਰ ਜਗਵੰਤ ਜੀ ਸਾਡੇ ਨਾਲ ਫੋਟੋ ਜ਼ਰੂਰ ਸਾਂਝੀ ਕਰਿਓ ਤਾਂ ਕਿ ਸਾਨੂੰ ਪਤਾ ਲੱਗੇ ਵੀ ਤੁਹਾਡੀ ਮਿਹਨਤ ਜਿਹੜੀ ਹੈ ਕਿੰਨੇ ਸੋਹਣੇ ਤਰੀਕੇ ਦੇ ਨਾਲ ਪੂਰ ਚੜ ਗਈ ਹੈ ਇੰਤਜ਼ਾਰ ਕਰਦੇ ਕਰਦੇ ਹਾਂਜੀ ਬਿਲਕੁਲ ਜੀ ਦੇਖੋ ਕਹਿੰਦੇ ਮੈਂ ਬੜਾ ਹੈਰਾਨ ਸੀਗਾ ਕਿ ਕਿੰਨੇ ਲੋਕੀ ਮੇਰੀ ਕਵਿਤਾ ਨੂੰ ਸੁਣਨਗੇ ਜੀ ਹਨਾ ਜਿੰਨੇ ਜਿੰਨੇ ਤੁਸੀਂ ਨਾਂ ਲਿਆ ਮੈਂ ਬੜਾ ਮਜ਼ੇ ਲੈ ਰਿਹਾ ਸੀਗਾ ਤੁਹਾਡੇ ਮੈਸੇਜ ਦੇ ਔਰ ਜਿਹੜੇ ਜਿਹੜੇ ਆਦਮੀ ਜੁੜੇ ਆ ਉਹਨਾਂ ਨੂੰ ਕਰਕੇ ਯਾਦ ਕਰਕੇ ਜੀ ਤੇ ਮੈਂ ਤੁਹਾਨੂੰ ਕੀ ਸੁਣਾਵਾਂਗਾ ਜੀ ਸ਼ਬਦਾਂ ਦੀ ਬੁਛਾੜ ਕਰੋ ਕਲਮਾਂ ਨੂੰ ਹਥਿਆਰ ਬਣਾ ਕੇ ਹਮਲਾ ਕਰੋ ਤਾਬੜ ਤੋੜ ਪੱਥਰ ਜਿਹੇ ਵਿਚਾਰ ਬਣਾ ਕੇ ਵਾਹ ਬਹੁਤ ਖੂਬ ਸ਼ਬਦਾਂ ਦੀ ਬੁਛਾੜ ਕਰੋ ਕਲਮਾਂ ਨੂੰ ਹਥਿਆਰ ਬਣਾ ਕੇ ਸ਼ਾਂਤਮਈ ਢੰਗ ਦੇ ਨਾਲ ਆਪਣੀ ਵਿਰੋਧਤਾ ਦਰਜ ਕਰੋ ਵਾਹ ਅਧਿਕਾਰ ਮੰਗੋ ਬਾਅਦ ਚ ਪਹਿਲਾਂ ਪੂਰੇ ਆਪਣੇ ਫਰਜ਼ ਕਰੋ ਕਿਆ ਬਾਤ ਸ਼ਾਂਤਮਈ ਢੰਗ ਦੇ ਨਾਲ ਆਪਣੀ ਵਿਰੋਧਤਾ ਦਰਜ ਕਰੋ ਅਧਿਕਾਰ ਮੰਗੋ ਬਾਅਦ ਚ ਪਹਿਲਾਂ ਪੂਰੇ ਆਪਣੇ ਫਰਜ਼ ਕਰੋ ਗੋਲੀਆਂ ਖਾ ਕੇ ਵੀ ਨਾ ਆਵੇ ਰੱਖ ਦਿਓ ਨੀਂਦ ਉਡਾ ਕੇ ਕਿਆ ਬਾਤ ਸ਼ਬਦਾਂ ਦੀ ਬੁਛਾੜ ਕਰੋ ਕਲਮਾਂ ਨੂੰ ਹਥਿਆਰ ਬਣਾ ਕੇ ਇਹ ਜਿਹੜੀਆਂ ਗੋਲੀਆਂ ਸ਼ਬਦ ਆਏ ਜੀ ਇਹ ਮੈਡੀਸਨ ਵਾਲੀਆਂ ਗੋਲੀਆਂ ਜੀ ਵਾਹ ਜੀ ਵਾਹ ਕਿਆ ਬਾਤ ਹੈ ਦੂਜਿਆਂ ਨੂੰ ਕਹਿਣ ਤੋਂ ਪਹਿਲਾਂ ਖੁਦ ਕਰਕੇ ਮਿਸਾਲ ਬਣੋ ਮਾਂ ਬੋਲੀ ਦੀ ਸੇਵਾ ਕਰਕੇ ਮਾਂ ਦੇ ਲਾਇਕ ਲਾਲ ਬਣੋ ਵਾਹ ਬਹੁਤ ਦੂਜਿਆਂ ਨੂੰ ਕਹਿਣ ਤੋਂ ਪਹਿਲਾਂ ਖੁਦ ਕਰਕੇ ਮਿਸਾਲ ਬਣੋ ਮਾਂ ਬੋਲੀ ਦੀ ਸੇਵਾ ਕਰਕੇ ਮਾਂ ਦੇ ਲਾਇਕ ਲਾਲ ਬਣੋ ਵੱਡੇ ਜਿਸਨੇ ਕੀਤਾ ਪਸੀਨਾ ਬਹਾ ਕੇ ਖੂਨ ਪੜਾ ਕੇ ਹਮਲਾ ਕਰੋ ਤਾਬੜ ਤੋੜ ਪੱਥਰ ਜਿਹੇ ਵਿਚਾਰ ਬਣਾ ਕੇ ਸ਼ਬਦਾਂ ਦੀ ਬੁਛਾੜ ਕਰੋ ਕਲਮਾਂ ਨੂੰ ਹਥਿਆਰ ਬਣਾ ਕੇ ਬਿਨਾਂ ਉਤੇਜਿਤ ਹੋਇਆ ਬਹਿਸ ਕਰਨ ਦੀ ਪਿਰਤ ਪਾਓ
ਕਵਿਤਾ ਦਾ ਕਿਤਾਬਾਂ ਦਾ ਸੰਗ੍ਰਹਿ ਕਰੋ, ਹਰ ਘਰ ਨੂੰ ਲਾਇਬ੍ਰੇਰੀ ਬਣਾਓ। ਵਾਹ ਕੀ ਬਾਤ ਹੈ। ਬਿਨਾਂ ਉਤੇਜਿਤ ਹੋਇਆਂ ਬਹਿਸ ਕਰਨ ਦੀ ਪਿਰਤ ਪਾਓ, ਕਿਤਾਬਾਂ ਦਾ ਸੰਗ੍ਰਹਿ ਕਰੋ, ਹਰ ਘਰ ਨੂੰ ਲਾਇਬ੍ਰੇਰੀ ਬਣਾਓ, ਅੰਦਰੂਨੀ ਖੁਸ਼ੀ ਮਹਿਸੂਸ ਕਰੋ, ਰੋਜ਼ ਪੜ੍ਹ ਪੜ੍ਹ ਜਾਂ ਪੜ੍ਹਾ ਕੇ। ਕੀ ਬਾਤ ਹੈ। ਸ਼ਬਦਾਂ ਦੀ ਬੋਛਾੜ ਕਰੋ, ਕਲਮਾਂ ਨੂੰ ਹਥਿਆਰ ਬਣਾ ਕੇ। ਵਾਹ ਬਹੁਤ। ਰੋਜ਼ ਖੋਜ ਕਰਕੇ ਹਾਸਲ ਕਰੋ ਪਹਿਲਾਂ ਪੂਰੀ ਜਾਣਕਾਰੀ। ਸਦਾ ਹੀ ਘਾਤਕ ਹੁੰਦੀ ਹੈ ਬੜੀ ਅਧੂਰੀ ਜਾਣਕਾਰੀ। ਕੀ ਬਾਤ। ਖੁਦ ਖੋਜ ਕਰਕੇ ਹਾਸਲ ਕਰੋ ਪਹਿਲਾਂ ਪੂਰੀ ਜਾਣਕਾਰੀ, ਸਦਾ ਹੀ ਘਾਤਕ ਹੁੰਦੀ ਹੈ ਬੜੀ ਅਧੂਰੀ ਜਾਣਕਾਰੀ। ਫਿਰ ਬੋਲਿਆ ਕਰੋ ਸੋਸ਼ਲ ਮੀਡੀਆ ਤੇ ਸ਼ੌਕ ਨਾਲ ਆ ਕੇ। ਕਿਆ ਬਾਤ। ਹਮਲਾ ਕਰੋ ਤਾਬੜ ਤੋੜ ਪੱਥਰ ਜਿਹਾ ਵਿਚਾਰ ਬਣਾ ਕੇ, ਸ਼ਬਦਾਂ ਦੀ ਬੋਛਾੜ ਕਰੋ, ਕਲਮਾਂ ਨੂੰ ਹਥਿਆਰ ਬਣਾ ਕੇ। ਇਹ ਬਸ ਲਾਸਟ ਹੈ ਜੀ। ਬੋਲਦੇ ਰਹੋ ਨਾਲੇ ਕਰਦੇ ਰਹੋ ਚੁੱਪ ਚਾਪ ਤਰੀਕੇ ਨਾਲ। ਪੇਸ਼ ਆਓ ਵਿਰੋਧੀਆਂ ਨਾਲ ਵੀ ਬੜੇ ਹੀ ਸਲੀਕੇ ਨਾਲ। ਵਾਹ। ਬੋਲਦੇ ਰਹੋ ਨਾਲੇ ਕਰਦੇ ਰਹੋ ਚੁੱਪ ਚਾਪ ਤਰੀਕੇ ਨਾਲ, ਪੇਸ਼ ਆਓ ਵਿਰੋਧੀਆਂ ਨਾਲ ਵੀ ਬੜੇ ਹੀ ਸਲੀਕੇ ਨਾਲ। ਜ਼ਿੰਦਗੀ ਬਿਤਾਓ ਜਗਵੰਤ ਹੱਸ ਨੱਚ ਖੇ ਲਗਾ ਕੇ। ਕਿਆ ਬਾਤ। ਪਰ ਸ਼ਬਦਾਂ ਦੀ ਬੋਛਾੜ ਕਰੋ, ਕਲਮਾਂ ਨੂੰ ਹਥਿਆਰ ਬਣਾ ਕੇ। ਹਮਲਾ ਕਰੋ ਤਾਬੜ ਤੋੜ ਪੱਥਰ ਜਿਹਾ ਵਿਚਾਰ ਬਣਾ ਕੇ, ਪੱਥਰ ਜਿਹਾ ਵਿਚਾਰ ਬਣਾ ਕੇ, ਪੱਥਰ ਜਿਹਾ ਵਿਚਾਰ ਬਣਾ ਕੇ। ਕਿਆ ਬਾਤ ਹੈ, ਕਿਆ ਬਾਤ ਹੈ। ਜਗਵੰਤ ਖੇੜਾ ਜੀ, ਰਾਮਜੀਤ ਖੰਗੂੜਾ ਜੀ ਕਹਿ ਰਹੇ ਨੇ ਕਿਆ ਬਾਤ ਹੈ ਜਗਵੰਤ ਖੇੜਾ ਜੀ, ਖੂਬਸੂਰਤ ਸ਼ਬਦਾਂ ਦੀ ਬੌਛਾਰ ਕੀਤੀ ਹੈ। ਸੋ ਵਾਕਈ ਦਿਲ ਨੂੰ ਛੂਗੇ ਤੁਹਾਡੇ ਸ਼ਬਦ, ਤੇ ਨਾਲ ਹੀ ਮਨਪ੍ਰੀਤ ਜੀ ਵੋਲਵਰਹੈਂਪਟਨ ਲੰਡਨ ਤੋਂ ਕਹਿ ਰਹੇ ਜੀ, ਵਾਕਈ ਜਗਵੰਤ ਜੀ ਨੇ ਬਹੁਤ ਸੋਹਣੀਆਂ ਤੇ ਡੂੰਘੀਆਂ ਗੱਲਾਂ ਥੋੜੇ ਸ਼ਬਦਾਂ ਦੇ ਵਿੱਚ ਸ਼ਬਦਾਂ ਦੀ ਬੌਛਾਰ ਬਣਾ ਕੇ ਜਿਹੜੀਆਂ ਲਿਆਂਦੀਆਂ ਨੇ, ਬਹੁਤ ਵਧੀਆ ਲੱਗਿਆ। ਤੇ ਸ਼ੁਕਰੀਆ ਮਨਪ੍ਰੀਤ ਜੀ ਤੁਹਾਡਾ ਵੀ, ਤੇ ਨਾਲ ਹੀ ਜਿਹੜਾ ਬਲਵੰਤ ਜੀ ਸਿਰੇਵਾਲਾ ਤੋਂ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਨੇ, ਔਰ ਮਨਪ੍ਰੀਤ ਜੀ ਜਿਹੜੇ ਹੈ ਮਾਨਸਾ ਵਾਲੇ, ਉਹ ਵੀ ਕਹਿ ਰਹੇ ਜੀ ਬਹੁਤ ਸੋਹਣੀ ਰਚਨਾ ਬਾਈ ਜੀ ਨੇ ਸੁਣਾਈ ਹੈ। ਸੋ ਬਹੁਤ ਬਹੁਤ ਸ਼ੁਕਰੀਆ ਜਗਵੰਤ ਖੇੜਾ ਜੀ ਪ੍ਰੋਗਰਾਮ ਦੇ ਨਾਲ ਜੁੜਨ ਦੇ ਲਈ, ਤੇ ਸੋਹਣੀ ਰਚਨਾ ਇਸ ਮੰਚ ਤੇ ਲੈ ਕੇ ਆਉਣ ਲਈ। ਸਾਰਿਆਂ ਦਾ ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ। ਸੋ ਬਿਲਕੁਲ ਜੀ, ਇਹ ਸਨ ਜਗਵੰਤ ਖੇੜਾ ਜੀ, ਬਹੁਤ ਸੋਹਣੀ ਜਿਹੜਾ ਸ਼ਬਦਾਂ ਦੀ ਬੌਛਾਰ ਕਰਕੇ ਗਏ ਨੇ ਆਪਣੀ ਰਚਨਾ ਦੇ ਨਾਲ। ਸੋ ਇੱਕ ਇੱਕ ਸ਼ਬਦ ਜਿਹੜਾ ਨਾ ਇੱਕ ਸੋਹਣਾ ਸੰਦੇਸ਼ ਦਿੰਦਾ, ਸਾਨੂੰ ਇਹਨਾਂ ਸੰਦੇਸ਼ਾਂ ਨੂੰ ਸਮਝਣ ਦੀ ਜ਼ਰੂਰਤ ਹੈ। ਜੇ ਸਮਝ ਗਏ ਨਾ, ਜ਼ਿੰਦਗੀ 'ਚ ਅਸੀਂ ਬਹੁਤ ਹੀ ਉੱਚੇ ਵਿਚਾਰਾਂ ਵਾਲੇ ਇਨਸਾਨ ਬਣ ਸਕਦੇ ਹਾਂ। ਸਿਰਫ ਮਨ ਦੇ ਵਿੱਚ ਨਾ ਕੁਝ ਚੀਜ਼ਾਂ ਨੇ, ਕੁਝ ਕਮੀਆਂ ਹੁੰਦੀਆਂ ਨੇ, ਜੇ ਆਪਾਂ ਉਹਨਾਂ ਨੂੰ ਦਰੁਸਤ ਕਰ ਲਈਏ। ਪਤਾ ਸਭ ਨੂੰ ਹੁੰਦਾ ਕਮੀਆਂ ਕਿੱਥੇ ਨੇ, ਕਿਹੜੀਆਂ ਨੇ, ਪਰ ਥੋੜ੍ਹੀ ਮਿਹਨਤ ਹੀ ਨਹੀਂ ਕਰਦੇ ਉਹਨਾਂ ਨੂੰ ਦੂਰ ਕਰਨ ਦੀ। ਜੇ ਮਿਹਨਤ ਕਰ ਲਈਏ ਤਾਂ ਮੈਨੂੰ ਲੱਗਦਾ ਵੀ ਸਾਡੇ ਵਰਗਾ ਇਨਸਾਨ ਦੁਨੀਆਂ 'ਚ ਨਹੀਂ ਹੋ ਸਕਦਾ। ਭੀਮ ਸੈਨ ਜੀ ਸਾਡੇ ਨਾਲ ਜੁੜ ਗਏ ਨੇ ਇਸ ਵੇਲੇ, ਤੇ ਗਿਲੰਟੀ ਜੀ ਤੁਹਾਡੇ ਵੱਲ ਵੀ ਆਉਣੇ ਆ, ਪਰ ਪਹਿਲਾਂ ਸਾਂਝ ਬਣਾ ਲਈਏ ਭੀਮ ਜੀ ਨਾਲ, ਕਿਉਂਕਿ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਦੀਆਂ ਘੜੀਆਂ ਗਿਣ ਰਹੇ ਨੇ। ਉਸ ਤੋਂ ਬਾਅਦ ਬਲਵੰਤ ਜੀ ਸਿਰੇਵਾਲਾ ਤੋਂ ਜੁੜੇ ਨੇ, ਉਹਨਾਂ ਵੱਲ ਚੱਲਾਂਗੇ, ਪਰ ਨਾਲ ਤੁਹਾਨੂੰ ਮੈਂ ਆਡੀਓ ਮੈਸੇਜ ਜਿਹੜੇ ਆ ਅੱਜ ਜ਼ਰੂਰ ਸੁਣਾ ਕੇ ਜਾਣੇ ਨੇ। ਅੱਜ ਜਿੰਨੇ ਨਾਮ ਅਨਾਊਂਸ ਹੋ ਗਏ ਨੇ ਉਹਨਾਂ ਦੇ ਸੁਨੇਹੇ ਆਪਾਂ ਵਾਪਸ ਨਹੀਂ ਲੈ ਕੇ ਜਾਵਾਂਗੇ। ਸੋ ਆਓ ਚੱਲਦੇ ਭੀਮ ਜੀ ਵੱਲ। ਸੋ ਭੀਮ ਜੀ ਬਹੁਤ ਬਹੁਤ ਸਵਾਗਤ ਪ੍ਰੋਗਰਾਮ 'ਚ। ਭੀਮ ਜੀ ਮੇਰੀ ਆਵਾਜ਼ ਪਹੁੰਚ ਰਹੀ ਹੈ ਤੁਹਾਡੇ ਤੱਕ? ਲੱਗਦਾ ਜੀ ਭੀਮ ਸੈਨ ਜੀ ਦੀ ਕੁਆਲਿਟੀ ਡਿਸਕਨੈਕਟ ਹੋ ਗਈ ਹੈ। ਖੈਰ ਕੋਈ ਗੱਲ ਨਹੀਂ, ਫਿਰ ਹੁਣ ਆਪਾਂ ਗਿਲੰਟੀ ਜੀ ਵੱਲ ਚੱਲਦੇ ਹਾਂ, ਤੇ ਫਿਰ ਬਲਵੰਤ ਜੀ ਤੁਹਾਡੇ ਨਾਲ ਸਾਂਝ ਬਣਾਵਾਂਗੇ। ਸੋ ਗਿਲੰਟੀ ਬਹੁਤ ਬਹੁਤ ਸਵਾਗਤ ਪ੍ਰੋਗਰਾਮ 'ਚ। ਥੈਂਕ ਯੂ ਬਟਰਲੈਂਡ, ਸਭ ਨੂੰ ਸਤਿ ਸ੍ਰੀ ਅਕਾਲ, ਤੈਨੂੰ ਬਹੁਤ ਬਹੁਤ ਪਿਆਰ। ਗਿਲੰਟੀ ਵੱਲੋਂ ਜੀਂਦੇ ਰਹੋ, ਖੁਸ਼ ਰਹੋ, ਤੇ ਸੁਣਦੇ ਰਹੋ, ਤੇ ਗਾਉਂਦੇ ਰਹੋ, ਤੇ ਸਾਨੂੰ ਸਾਰੇ ਲਿਆ ਕੇ ਚੰਗੇ ਚੰਗੇ ਵਿਸ਼ੇ ਦਿੰਦੇ ਰਹੋ। ਵਾਹ ਜੀ ਵਾਹ, ਕਿਆ ਬਾਤ ਹੈ ਗਿਲੰਟੀ, ਬੜਾ ਵੱਖਰਾ ਅੰਦਾਜ਼ ਤੇ ਸੋਹਣਾ ਅੰਦਾਜ਼, ਸ਼ੁਕਰੀਆ। ਅੱਜ ਕੀ ਸੁਣਾ ਰਹੇ ਹੋ ਸਾਨੂੰ? ਤੇ ਹੁਣ ਮੈਂ ਤੁਹਾਨੂੰ ਦੋ ਕੁ ਬੋਲੀਆਂ ਹੀ ਸੁਣਾ ਦਾਂਗੀ, ਮੇਰਾ ਕੰਮ ਬੋਲੀਆਂ ਦਾ ਹੈ ਨਾ। ਆਜੋ ਫਿਰ ਲਾਈਏ ਰੌਣਕਾਂ। ਆਜੋ ਆਜੋ ਲਾਈਏ ਰੌਣਕਾਂ। ਹਾਂ ਬਿਲਕੁਲ। ਅੱਛਾ ਜੀ। ਉਰਲੇ ਖੇਤ ਕਣਕ ਬੀਜ ਲਈ ਪਰਲੇ ਖੇਤ ਚ ਗੋਭੀ, ਉਰਲੇ ਖੇਤ ਚ ਕਣਕ ਬੀਜ ਲਈ ਪਰਲੇ ਖੇਤ ਚ ਗੋਭੀ, ਨੀ ਮੜਕ ਬਥੇਰੀ ਸੀ ਗਗਨ ਜੀ ਕਾਲੇ ਰੰਗ ਨੇ ਡੋਬੀ, ਮੜਕ ਬਥੇਰੀ ਸੀ ਕਾਲੇ ਰੰਗ ਨੇ ਡੋਬੀ, ਮੜਕ ਬਥੇਰੀ ਸੀ। ਸਾਡੇ ਘਰ ਕੁਮਾਰ ਖੋਤਾ ਲੈ ਆਇਆ, ਲੈ ਕੇ ਆਇਆ ਸਾਡੇ ਘਰ ਕੁਮਾਰ ਖੋਤਾ ਲੈ ਆਇਆ, ਨੀ ਮੈਂ ਖੋਤੇ ਤੇ ਚੜ ਗਈ, ਨੀ ਮੈਂ ਝੂਟੇ ਲੈਣ ਦੀ ਮਾਰੀ, ਬੜਾ ਮਜ਼ਾ ਆਇਆ, ਬੜਾ ਮਜ਼ਾ ਆਇਆ, ਨੀ ਨੀ ਮੈਂ ਡਿੱਗ ਪਈ ਖੋਤੇ ਤੋਂ, ਮੇਰਾ ਪਤਾ ਲੈਣ ਨਾ ਆਇਆ ਡਿੱਗ ਪਈ ਖੋਤੇ ਤੋਂ, ਪਤਾ ਲੈਣ ਨਾ ਆਇਆ ਡਿੱਗ ਪਈ ਖੋਤੇ ਤੋਂ। ਅੱਛਾ ਜੀ ਬੇਟੇ, ਮੇਰੀ ਮੇਰਾ ਖਾਲੀ ਗੁਲਾਬ ਦੇ ਫੁੱਲ ਵਾਲਾ ਬੂਟਾ ਵੇ, ਜੇਠਾ ਤੇਰੀ ਮਰੇ ਬੱਕਰੀ
मेरा खा गई गुलाब दे फुल वाला बूटा वे जेठा तेरी मरे बकरी जठानी जांदी जांदी पेकियां नू एक गल कह गई वे मार दूंगी गले ते रख गूठा वे जेठा तेरी मरे बकरी मेरी खा गई गुलाब दे फुल वाला बूटा वे जेठा तेरी मरे बकरी बल्ले बल्ले भी निम थले झूठ दिए बल्ले बल्ले भी निम थले झूठ दिए रूप डोल गया सोनी है तेरा नी निम थले झूठ दिए रूप डोल गया तेरा निम थले पींगा ते झूठ दी दा सारा नी निम थले झूठ दिए। अच्छा जी हुण मैं तैनूं दो तीन बावल पिछे बोलियां मैं लिखियां सी मैनूं चंगियां लगियां ते मैं दो सुना दिनी। हैलो हां जी। छापे 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 वे डंडी चुमकी पा दे बावला कोई आखे ना गरीब तेरे मापे वे डंडी चुमकी पा दे बावला आले 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 नी तीए किते निंद ना देई मुंडे वड्डियां करां दे काले नी तीए किते निंद ना देई खेड़े 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 वे नेड़े तेड़े देई बाबला पावा जुत्ती ते कड़म तेरे वेड़े वे नेड़े तेड़े देई बाबला पावे 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 वे दूर ना वे आई बाबला जिथे कां उड़िया भी ना आवे वे नेड़े तेड़े देई बाबला जिथे कां उड़िया भी ना आवे वे ऊठा वालिया ऊठ लद ऊठा वालिया ऊठ लद ले बठिंडे मैं नी सौरे जाना नी ओ साबण लाउंदे नहीं ओ पिंडे मैं नी सौरे जाना नी ओ साबण लाउंदे नहीं ओ पिंडे। ओके बेटा वाह जी वाह गल आंटी बठिंडे वाले ने हुण मगर पै जाना तुहाडे। बहुत बहुत शुक्रिया प्रोग्राम दे नाल जुड़न दे लई साझ बढ़ाने दे लई। सो बिल्कुल जी प्रोग्राम दे दौरान साडे नाल बलवंत जी सिरे वाला तो जुड़ गए ने। वैसे बठिंडे वाले हुण तां साबणां ला बड़ियां वखरियां वखरियां तरह दियां लाउंदे ने ते परमिंदर जी दी रचना जिहड़ी है ओह हुण तुहानूं इस कॉल तों बाद सुणावांगे। बलवंत जी दी कॉल पहला आपां करन लगे आ ऑन एयर। सो बलवंत जी सिरे वाला तों बहुत बहुत स्वागत प्रोग्राम च। मैं क्या लांदा जी भाई जी दरवाजा खुला है जी। बिलकुल जी बिलकुल खुला है तुहाडे लई दरवाजे खुले रखे हुए है अज ते मंच तुहाडा अपना। होर सारा परिवार ठीक है खैर सुख राजी बाजी। जी बिलकुल जी बिलकुल सारा परिवार खैर सुख राजी बाजी। तुसी सुनाओ अज फिर परिवार दा मनोरंजन कादे नाल करोगे? कर दिना जी कोई नवे दे तरीके नाल। ओए होए होए आजो फिर ताया 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 रेडियो चन परदेसी ने सानू फ्री च चौकीदारा दवाया रेडियो प्रोग्राम रिपीट सुन के चैनल सबसक्राइब कराया खुशी सानू उदो चढ़ गई जो 15 जणां च मोड़ के सारा प्रोग्राम सुनाया। ओए होए होए क्या बात है वाह जी वाह। ते मैं जी अपनी कविता पेश कर रहा बहुत दुख हुंदा। अच्छा आजो। करो करो किनू किनू किथे किथे दुख हुंदा किसे भी पढ़ी लिखी लड़की नाल कोई विदेशी मुंडा झूठ बोल के व्याह करवाए ता लड़की नू बहुत दुख हुंदा। बिलकुल। किसे भी लड़की नू दहेज दी खातर जानो मार दिता जांदा ता माता पिता नू बहुत दुख हुंदा। किसान दी खेती पक्की होवे उपरो भारी बारिश हो जावे ता बहुत दुख हुंदा। किसे भी उम्मीदवार नू अपने इर्गे चो हदों वध प्यार सत्कार मिलिया होवे पर जाली वोटां पै के उहदी हार हो जाए ता उस नू बहुत दुख हुंदा। क्या बात है। गर्मी दा मौसम होवे रात दा समा होवे मच्छरां दा जोर होवे जे लाइट कट मार दे ता बहुत दुख हुंदा। बलवंत सिंह आठां वाले दी रेडियो चन परदेसी दे दीप लाइव शो विच मैडम जी गगनदीप कौर जी वाले नाल गल चलदी होवे कोई विच बोल जे जां मोबाइल दी बैटरी लो मार दे ता बहुत 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 ही दुख हुंदा। क्या बात क्या बात। चलो ठीक है भैन जी अज मेरा इरादा सीगा ही प्रोग्राम सुनांगी ते जेडे ओ राजस्थान चो नवे वीर जी आए से उन्हां नू मोस्ट वेलकम।
वाह जी वाह, क्या बात है बलवंत जी, बहुत बहुत शुक्रिया। देखो इरादा सी प्रोग्राम सुनन दा ते पर रहा नहीं गया, आपा फिर इस मंच ते पहुंचे, साडे लिए इस तो वड्डी खुशी दी गल हो नहीं सकदी है। ते लो हुण परमिंदर खैरा जी वल्लों जो ऑडियो पहुंची हुई है ना उह सुनावांगे, क्योंकि अज आपा ऑडियो मैसेज जिहड़े है ना नाल नाल रखणे ने, क्योंकि साडे बहुत सारे स्रोते ने जो मेहनत नाल आवाज अपनी रिकॉर्ड करके साडे कोल पहुंचाउंदे ने पर साडे तो चलाई नहीं जांदी, ते मैनूं खुद नूं भी बड़ा दुख लगदा। सो अज आपा ए ऑडियोज जिहड़ियां ने तुहाडे कोले जरूर पहुंचाउणियां ने। लो फिर परमिंदर खैरा जी दी आवाज सुणांगे पहला ऑडियो रूप दे विच, फिर साडे नाल भीम सैन जी जुड़े ने, खुशवंत चाहल जी उन्हां दे नाल सांझ बणावांगे, ते नाल नाल खुशहाल सिंह मल जी जिहड़े अज उन्हां दे नाल भी सांझ बणावांगे। फिलहाल लो फिर परमिंदर जी वल्लों पहुंची हुई ऑडियो करन लग्गे तुहाडे रूबरू। साडे वेड़े योगियां बेरियां, साडे वेड़े योगियां बेरियां, ताईयों वट्टे मारे जग, साढ़े सिर तो खुल के बेलिया, साढ़े गल च आ गई पग, साढ़े वेड़े उगियां बेरियां, साढ़े वेड़े वसियां बारिशां, साड़ी चोवे कच्ची छत, साडा घर ना ढावी पानिया, एदी नीह विच साड़ी रत, साढ़े वेड़े वसियां बारिशां, साडे वेड़े आया वैद नी, सानू पुछदा साडे दुख, साडे पीले मुख नहीं वेखदा, सानू कोया कड़वी भुख, साडे वेड़े आया वैद नी, साडे वेड़े तुखियां धूणियां, साडे सड़दे अलड़ चा, साडे अखी कोसे नीरनी, साडे सीने अंदर ता, साडे वेड़े तुखियां तूनियां, साडे वेड़े आई ईदनी, सानू अंबो मलिया साक, साडे तन ते लीरां पाटियां, साडे बुच्चे कान ते नक, साडे वेड़े आया आई ईदनी, साडे वेड़े साडा बाबला, सानू आखे भावें पुत, साड़ी मां नू पैंदे हौल नी, साड़ी जिसले करदी गुत, साड़े वेड़े साड़ा बावला, साड़े वेड़े दसवे मालका, सानू किस दिन लभना राज, साड़े खाली रोन पड़ोलड़े, साड़े वैन करेंदे छज, साड़े वेड़े दसवे मालका, साड़े वेड़े दसवे मालका, साडे वेड़े उगियां बेरियां, साडे वेड़े उगियां बेरियां। वाह जी वाह, क्या बात है परमिंदर जी, बहुत सोहनी रचना ते बहुत ही प्यारी तुहाडी आवाज, बहुत वधिया लग्या तुहाडी इस रचना नूं इस मंच ते तमाम स्रोतियां दे नाल सांझा करके, बहुत बहुत शुक्रिया मैसेजेस दे जरिए अपनी इस बहुत ही सोहनी आवाज रचना ते अंदाज नूं इस मंच ते पहुंचाउण दे लई आओ बनाउणे आ सांझ भीम सैन जी होरां दे नाल। भीम जी स्वागत प्रोग्राम च। ਮੈਨੂੰ ਜੀ ਸਭ ਤੋਂ ਪਹਿਲਾਂ ਤਾਂ ਆਪ ਜੀ ਹੋਰ ਪ੍ਰੋਗਰਾਮ ਸੁਣੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਨਮਸਕਾਰ, ਸਤਿ ਸ੍ਰੀ ਅਕਾਲ ਜੀ। ਜੀ ਤੁਹਾਨੂੰ ਵੀ ਪਿਆਰ ਭਰੀ ਨਮਸਕਾਰ, ਸਤਿ ਸ੍ਰੀ ਅਕਾਲ ਤੇ ਨਾਲ ਹੀ ਸਵਾਗਤ ਭੀਮ ਜੀ। ਅੱਜ ਕੀ ਖਾਸ ਲੈ ਕੇ ਪਹੁੰਚੇ ਹੋ ਇਸ ਮੰਚ ਤੇ ਸਾਡੇ ਸਾਰਿਆਂ ਨਾਲ ਸਾਂਝਾ ਕਰਨ ਲਈ? ਖਾਸ ਕੀ ਹੈ ਜੀ, ਦੁੱਖ ਸੁੱਖ ਤੇ ਆਉਣੇ ਆ, ਕਲਾਮਾਂ ਚ ਕੁਝ ਹੋਰ ਸੁਣਾਊਗਾ ਤਾਂ ਗੱਲ ਕੁਝ ਹੋਰ ਹੀ ਬਣ ਜਾਂਦੀ ਹੈ। ਓਏ ਹੋਏ ਕੀ ਹੋ ਗਿਆ, ਖੈਰ ਸੁੱਖ ਹੈ? ਉਹੀ ਗੱਲ ਦੱਸਦੇ ਜਿੱਥੇ ਕਦੇ ਸੁਣਦੇ ਨਾ ਉੱਥੇ ਰਿਸ਼ਤੇਦਾਰ ਵੀ ਨੀ ਸੁਣਦਾ, ਇੱਥੇ ਆ ਕੇ ਸੁਣਾਈ ਦੇ ਆ ਦੁੱਖ ਸੁੱਖ। ਮੈਂ ਕਿਹਾ ਉਹਦੀ ਟੂਰ ਤੇ ਗਿਆ ਮੇਰੇ ਘਰ ਚੱਕਿਆ ਬੈਗ ਪੇਕੇ ਵਗ ਗਈ ਤੇ ਕਿਹਾ ਮੈਨੂੰ 3 ਰੁਪਏ ਦੀ ਲੈਟਰੀ ਲੱਗ ਗਈ ਅੱਛਾ 3 ਕਰੋੜ ਰੁਪਏ ਦੀ ਮੈਨੂੰ ਲੈਟਰੀ ਲੱਗ ਗਈ ਜਿਹੜੇ ਤੇਰੇ ਕੱਪੜੇ ਧੋਣ ਵਾਲੇ ਪਏ ਆ ਕੋਈ ਨਵੇਂ ਸੋਨੇ ਵਾਲਾ ਸਵਾਲਾ ਕਰਕੇ ਕੱਪੜੇ ਤਿਆਰਾਂ ਦਾ ਬਹਿਸ ਕਰਵਾ ਅੱਛਾ ਬੈਗ ਤਿਆਰ ਕਰ ਲਾ ਮੈਂ ਸੋਚਿਆ ਭਾਗਵਾਨ ਜੇ ਤੂੰ ਬੈਗ ਤਾਂ ਤਿਆਰ ਕਹਿਤਾ ਮੈਂ ਗਰਮੀਆਂ ਵਾਲੇ ਪਾਵਾਂ ਕਿ ਸਰਦੀਆਂ ਵਾਲੇ ਪਾਵਾਂ ਕੱਪੜੇ ਤੇ ਮੈਂ ਇਹ ਸੋਚਿਆ ਮੈਸੇਜ ਕਰਤਾ ਮੈਸੇਜ ਕਰਤਾ ਮੈਂ ਮੈਨੂੰ
ਘਰੋਂ ਨਿਕਲਣਾ ਮੇਰੇ ਉੱਤਲਾ ਅੱਛਾ
ਤੇ ਫਿਰ ਮੈਂ ਰਿਸ਼ਤੇਦਾਰਾਂ ਨਾਲ ਸਲਾਹ ਕੀਤੀ, ਯਾਰਾਂ ਦੋਸਤਾਂ ਨਾਲ ਸਲਾਹ ਕੀਤੀ, ਕੌਣ ਸਲਾਹ ਦਿੰਦਾ? ਅਗਲਾ ਕਹਿੰਦਾ ਯਾਰ ਤੁਸੀਂ, ਮੇਰੇ ਭਰਾ ਵੀ ਕਹਿਣ ਲੱਗੇ ਵੀ ਤੁਸੀਂ ਕੁੜੇ ਘਰ ਨੂੰ ਕਿਹਾ ਹੋਊਗਾ, ਉਹ ਤਾਂ ਇਹ ਨੀ ਮੈਂ, ਚਲੋ ਭਾਈ ਉਹ ਕਰਕੇ ਬਹਿ ਗਏ, ਦਿਮਾਗ ਚ ਆਈ, ਫਿਰ ਮੈਂ ਮੈਸੇਜ ਪਾਤਾ, ਕਿਉਂਕਿ ਜਿਹੜੇ ਰਾਜ ਹੁੰਦੇ ਨਾ ਘਰਾਂ ਜਿਹੜੇ ਬੰਦਾ ਜਾਣਦਾ ਤੇ ਘਰਾਂ ਦੀ ਬੰਦੇ ਜਾਣਦੇ ਹੁੰਦੀ ਆ, ਤੇ ਫਿਰ ਮੈਂ ਮੈਸੇਜ ਪਾਤਾ, ਮੈਂ ਮੈਸੇਜ ਪਾਇਆ ਵੀ ਆਸੂ ਪਹੁੰਚਣੇ ਵਾਲੇ ਬਹੁਤ ਮਿਲ ਜਾਏਗੇ, ਆਸੂ ਪਹੁੰਚਣੇ ਵਾਲੇ ਬਹੁਤ ਮਿਲ ਜਾਏਗੇ, ਉਹ ਸਰਦੀ ਆਉਣੇ ਵਾਲੀ ਹੈ, ਖਿਆਲ ਰੱਖਣਾ, ਭੀਮ ਕੇ ਸਵਾਹ ਤੇਰਾ ਨਾਕ ਪਹੁੰਚਣੇ ਕੋਈ ਨੀ ਆਏਗਾ। ਕਿਆ ਬਾਤ ਹੈ ਭੀਮ ਜੀ, ਸੋ ਮੈਨੂੰ ਲੱਗਦਾ ਵੀ ਇਹ ਨੌਬਤ ਹੀ ਨਾ ਆਵੇ, ਅੱਜ ਕੱਲ ਦਵਾਈਆਂ ਚੱਲ ਪਈਆਂ ਨੇ, ਰੁਮਾਲਾਂ ਕੋਲੇ ਹੁੰਦੀਆਂ ਨੇ। ਸੋ ਬਹੁਤ ਬਹੁਤ ਸ਼ੁਕਰੀਆ, ਬੜੇ ਸੋਹਣੇ ਤਰੀਕੇ ਦੇ ਨਾਲ ਚੁਟਕਲਾ ਜਿਹੜਾ ਤੁਸੀਂ ਸਾਡੇ ਨਾਲ ਸਾਂਝਾ ਕੀਤਾ, ਸੋ ਸ਼ੁਕਰੀਆ ਇਸ ਮੰਚ ਤੇ ਆਉਣ ਦੇ ਲਈ, ਸਾਡੇ ਸਾਰਿਆਂ ਦੇ ਨਾਲ ਸਾਂਝ ਬਣਾਉਣ ਦੇ ਲਈ। ਬਚਿੱਤਰ ਸਿੰਘ ਜੀ ਜੁੜੇ ਨੇ, ਪਰ ਉਸ ਤੋਂ ਪਹਿਲਾਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਅਗਲੇ ਸਾਡੇ ਸਰੋਤੇ ਦੁਬਈ ਤੋਂ ਬਖਸ਼ੀ ਰਾਮ ਜੀ ਜੁੜ ਚੁੱਕੇ ਨੇ, ਤੇ ਉਸ ਤੋਂ ਬਾਅਦ ਖੁਸ਼ਹਾਲ ਸਿੰਘ ਮਲ ਜੀ, ਸੁਰਜੀਤ ਜੀ ਬਹਿਰੀਨ ਤੋਂ, ਔਰ ਨਾਲ ਨਾਲ ਅਗਲੇ ਜਿਹੜੇ ਸਾਡੇ ਕੋਲ ਸੁਨੇਹੇ ਪਹੁੰਚ ਰਹੇ ਨੇ, ਸੁਰਜੀਤ ਜੀ ਬਹਿਰੀਨ ਤੋਂ ਕਾਲ ਆ ਰਹੀ ਹੈ ਜੀ, ਬਿਲਕੁਲ ਬਹੁਤ ਜਲਦੀ ਤੁਹਾਡੇ ਨਾਲ ਵੀ ਸਾਂਝ ਬਣਾਵਾਂਗੇ, ਤੇ ਨਾਲ ਹੀ ਨਾ ਰਾਮਜੀਤ ਖੰਗੂੜਾ ਜੀ ਵੱਲੋਂ ਮੈਸੇਜ ਪਹੁੰਚਿਆ, ਸੋ ਗਿੱਲ ਆਂਟੀ ਜੀ ਵਾਸਤੇ ਆ, ਕਹਿੰਦੇ ਗਿੱਲ ਆਂਟੀ ਜੀ ਬੇਫਿਕਰ ਰਹੋ, ਕਹਿੰਦੇ ਬਠਿੰਡੇ ਵਾਲੇ ਹੁਣ ਸਨਲਾਈਟ ਲਾਉਂਦੇ ਆ, ਐਵੇਂ ਨਾ ਕਹੋ ਸਨਲਾਈਟ, ਹੁਣ ਬਠਿੰਡੇ ਵਾਲੇ ਸਾਰੀਆਂ ਤਰ੍ਹਾਂ ਦੀਆਂ ਸਾਬਣਾਂ ਦਾ ਇਸਤੇਮਾਲ ਕਰਦੇ ਆ। ਆਓ ਫਿਰ ਚੱਲਦੇ ਬਖਸ਼ੀ ਰਾਮ ਜੀ ਵੱਲ, ਸੋ ਬਖਸ਼ੀ ਜੀ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਚ। ਤਮੰਨਾ ਕੇ ਹਾਥੋਂ ਨਾ ਮਜਬੂਰ ਹੋਣਾ, ਹਾਂ ਗੁਜ਼ਰ ਜਾਣਾ ਜਾਂ ਸੇ ਜ਼ੁਰਤ ਨਾ ਕਰਨਾ, ਉਠਾ ਨਾ ਸਕੂਗੀ ਕਿਆਮਤ ਕੇ ਸਦਮੀ, ਮੇਰੀ ਜਾਂ ਕਿਸੀ ਸੇ ਮੁਹੱਬਤ ਨਾ ਕਰਨਾ, ਇੱਕ ਇਸ਼ਕ ਕਦਮ ਆਫਤ ਔਰ ਉਸ ਤੇ ਦਿਲ ਆਫਤ, ਇੱਕ ਇਸ਼ਕ ਕਦਮ ਆਫਤ ਔਰ ਉਸ ਤੇ ਦਿਲ ਆਫਤ, ਗੈਰੋਂ ਸੇ ਕਹਾ ਤੁਮਨੇ ਗੈਰੋਂ ਸੇ ਸੁਨਾ ਤੁਮਨੇ ਗੈਰੋਂ ਸੇ ਕਹਾ ਤੁਮਨੇ ਗੈਰੋਂ ਸੇ ਕਹਾ ਤੁਮਨੇ ਕੁਛ ਹਮਸੇ ਕਹਾ ਹੋਤਾ ਔਰ ਕੁਛ ਹਮਸੇ ਸੁਨਾ ਹੋਤਾ, ਇੱਕ ਇਸ਼ਕ ਕਦਮ ਆਫਤ ਔਰ ਉਸ ਤੇ ਦਿਲ ਆਫਤ। ਥੈਂਕ ਯੂ ਵੈਰੀ ਮਚ ਗਗਨ ਜੀ, ਬਹੁਤ ਬਹੁਤ ਸ਼ੁਕਰੀਆ ਬਖਸ਼ੀ ਰਾਮ ਜੀ ਇਸ ਮੰਚ ਤੇ ਆਉਣ ਦੇ ਲਈ, ਬਹੁਤ ਸੋਹਣੀ ਰਚਨਾ ਜਿਹੜੀ ਗਜ਼ਲ ਸੁਣਾਉਣ ਦੇ ਲਈ ਬਹੁਤ ਬਹੁਤ ਸ਼ੁਕਰੀਆ। ਸੋ ਬਿਲਕੁਲ ਜੀ, ਇਸ ਵੇਲੇ ਪ੍ਰੋਗਰਾਮ ਦੇ ਵਿੱਚ ਬਚਿੱਤਰ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਨੇ, ਸੁਖਜੀਤ ਜੀ ਜਿਹੜੇ ਆ ਉਹਨਾਂ ਦੀਆਂ ਕਾਫੀ ਸਾਰੀਆਂ ਮਿਸ ਕਾਲ ਸਾਡੇ ਕੋਲ ਸ਼ੋਅ ਹੋ ਰਹੀਆਂ ਨੇ, ਬਹੁਤ ਜਲਦ ਉਹਨਾਂ ਦੇ ਨਾਲ ਸਾਂਝ ਬਣਾਵਾਂਗੇ, ਤੇ ਨਾਲ ਨਾਲ ਖੁਸ਼ਹਾਲ ਸਿੰਘ ਮਲ ਜੀ, ਸੁਰਜੀਤ ਜੀ ਬਹਿਰੀਨ ਤੋਂ ਸਾਰਿਆਂ ਦੇ ਨਾਲ ਸਾਂਝ ਬਣਾਉਣੀ ਹੈ। ਫਿਲਹਾਲ ਬਚਿੱਤਰ ਸਿੰਘ ਜੀ ਜਿਹੜੇ ਆ ਇਸ ਵੇਲੇ ਜੁੜ ਗਏ ਨੇ ਸਾਡੇ ਨਾਲ। ਬਚਿੱਤਰ ਸਿੰਘ ਜੀ ਸਵਾਗਤ ਪ੍ਰੋਗਰਾਮ ਚ। ਹੈਲੋ, ਹਾਂਜੀ ਬਚਿੱਤਰ ਸਿੰਘ ਜੀ ਸਤਿ ਸ੍ਰੀ ਅਕਾਲ। ਹੈਲੋ, ਕਾਲ ਚਲਦੀ ਆ ਜੀ? ਬਿਲਕੁਲ, ਕਾਲ ਵੀ ਚਲ ਰਹੀ ਹੈ, ਮੇਰੇ ਕੋਲ ਤੁਹਾਡੀ ਆਵਾਜ਼ ਵੀ ਆ ਰਹੀ ਹੈ। ਆਓ ਫਿਰ ਉਹ ਜੇ ਕਿਸੇ ਹੋਰ। ਹੈਲੋ, ਨਾ ਤਾਂ ਬੋਲਦੀ ਆ ਬਚਿੱਤਰ ਸਿੰਘ ਜੀ, ਅਸੀਂ ਨੌ ਵੀ ਬੋਲਦੇ ਆ, ਤੁਹਾਡੀ ਕਾਲ ਵੀ ਲੱਗ ਚੁੱਕੀ ਆ ਤੇ ਕਾਲ ਕਨੈਕਟਡ ਵੀ ਆ, ਤੇ ਮੈਨੂੰ ਲੱਗਦਾ ਵੀ ਸ਼ਾਇਦ ਲਾਈਨ ਦੇ ਵਿੱਚ ਕੋਈ ਦਿੱਕਤ ਹੈ। ਮੇਰੀ ਆਵਾਜ਼ ਪਹੁੰਚ ਰਹੀ ਹੈ ਤੁਹਾਡੇ ਤੱਕ?
ਪੂਰਾ ਫੁੱਲ ਆ ਉਹ ਤੋਂ ਬਾਅਦ ਤਾਂ ਫਿਰ ਉਹ ਹੋਰ ਕੁਝ ਬਣ ਜੂ। ਹੈਲੋ, ਫਿਰ ਉਹ ਕੱਲ ਨੂੰ ਥੋੜੀ। ਬਚਿੱਤਰ ਸਿੰਘ ਜੀ, ਮੈਨੂੰ ਲੱਗਦਾ ਵੀ ਉਹਨਾਂ ਤੱਕ ਮੇਰੀ ਆਵਾਜ਼ ਨਹੀਂ ਪਹੁੰਚ ਰਹੀ ਹੈ। ਆਪਾਂ ਦੁਬਾਰਾ ਤੋਂ ਕਾਲ ਜਿਹੜੀ ਹੈ ਉਹਨਾਂ ਨਾਲ ਟਰਾਈ ਕਰਾਂਗੇ, ਦੁਬਾਰਾ ਤੋਂ ਉਹਨਾਂ ਦੇ ਨਾਲ ਸਾਂਝ ਬਣੇ। ਪਰ ਫਿਲਹਾਲ ਇਸ ਵੇਲੇ ਸਾਡੇ ਨਾਲ ਜਿਹੜੀ ਸਾਂਝ ਬਣੀ ਹੈ ਸੁਖਜੀਤ ਜੀ ਔਰ ਸੁਰਜੀਤ ਜੀ, ਦੇਖੋ ਦੋਨੋਂ ਇਸ ਰਾਸ਼ੀ ਵਾਲੇ ਸਾਡੇ ਸਰੋਤੇ ਜਿਹੜੇ ਆ ਚੁੱਕੇ ਨੇ, ਤੇ ਪਹਿਲਾਂ ਵਾਰੀ ਆਈ ਹੈ ਸੁਰਜੀਤ ਜੀ ਦੀ ਬਹਿਰੀਨ ਤੋਂ, ਫਿਰ ਸੁਖਜੀਤ ਜੀ ਤੁਹਾਡੇ ਵੱਲ ਆਉਂਦੇ ਹਾਂ। ਸੁਰਜੀਤ ਜੀ, ਸਵਾਗਤ ਪ੍ਰੋਗਰਾਮ ਚ। ਸੁਰਜੀਤ ਜੀ ਬਹਿਰੀਨ ਤੋਂ ਬਹੁਤ ਬਹੁਤ ਸਵਾਗਤ, ਤੁਹਾਡੇ ਤੱਕ ਮੇਰੀ ਆਵਾਜ਼ ਪਹੁੰਚ ਰਹੀ ਹੈ? ਹੈਲੋ, ਮੈਨੂੰ ਹੁਣ ਇਹ ਸਮਝ ਨਹੀਂ ਆ ਰਹੀ ਹੈ ਵੀ ਸੁਰਜੀਤ ਜੀ ਤੱਕ ਸਾਡੀ ਆਵਾਜ਼ ਕਿਉਂ ਨਹੀਂ ਪਹੁੰਚ ਰਹੀ ਹੈ, ਬਚਿੱਤਰ ਸਿੰਘ ਜੀ ਤੱਕ ਵੀ ਨਹੀਂ ਪਹੁੰਚੀ ਹੈ। ਸੁਰਜੀਤ ਜੀ, ਮੇਰੀ ਆਵਾਜ਼ ਆ ਰਹੀ ਹੈ ਤੁਹਾਡੇ ਤੱਕ? ਹੈਲੋ, ਹੈਲੋ, ਸ਼ਾਇਦ ਲਾਈਨ ਦੇ ਵਿੱਚ ਫਿਰ ਕੋਈ ਗੜਬੜ ਹੋ ਗਈ ਹੈ। ਖੈਰ ਕੋਈ ਗੱਲ ਨਹੀਂ, ਆਪਾਂ ਦੁਬਾਰਾ ਤੋਂ ਕਾਲ ਕਨੈਕਟ ਕਰਕੇ ਵੇਖਦੇ ਹਾਂ ਜੇ ਸਾਡੇ ਸਰੋਤਿਆਂ ਦੇ ਨਾਲ ਸਾਂਝ ਬਣੇ, ਕਿਉਂਕਿ ਬਚਿੱਤਰ ਸਿੰਘ ਜੀ ਦੁਬਾਰਾ ਤੋਂ ਆ ਗਏ ਨੇ। ਦੇਖੀਏ ਫਿਰ ਆਵਾਜ਼ ਪਹੁੰਚਦੀ ਇਹਨਾਂ ਤੱਕ ਨਹੀਂ। ਬਚਿੱਤਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਮੇਰੀ ਆਵਾਜ਼ ਆ ਰਹੀ ਹੈ ਤੁਹਾਡੇ ਤੱਕ? ਆ ਰਹੀ ਹੈ ਗਗਨ, ਸਤਿ ਸ਼੍ਰੀ ਅਕਾਲ। ਸ਼ੁਕਰ ਹੈ, ਸ਼ੁਕਰ ਹੈ, ਮੈਨੂੰ ਤਾਂ ਹੋਰ ਹੀ ਚਿੰਤਾ ਪੈ ਗਈ। ਮੈਂ ਕਿਹਾ ਲੱਗਦਾ ਫੋਨ ਚ ਕੋਈ ਗੜਬੜ ਹੋ ਗਈ, ਅੱਗੇ ਪ੍ਰੋਗਰਾਮ ਕਿਵੇਂ ਲੈ ਕੇ ਜਾਵਾਂਗੇ। ਪਹਿਲਾਂ ਕੱਟਿਆ ਗਿਆ ਸੀ, ਮੈਂ ਹੁਣ ਦੁਬਾਰੇ ਲਾਇਆ ਜੀ। ਬਿਲਕੁਲ, ਉਹ ਮੈਂ ਹੀ ਕੱਟਦਾ ਸੀ ਕਿਉਂਕਿ ਮੇਰੀ ਆਵਾਜ਼ ਤੁਹਾਡੇ ਤੱਕ ਨਹੀਂ ਪਹੁੰਚ ਰਹੀ ਸੀ, ਪਰ ਤੁਹਾਡੀ ਮੇਰੇ ਕੋਲ ਆ ਰਹੀ ਸੀ। ਅੱਛਾ ਅੱਛਾ, ਹੁਣ ਆ ਰਹੀ ਹੈ ਨਾ? ਹਾਂ ਹੁਣ ਬਿਲਕੁਲ ਆ ਰਹੀ ਹੈ। ਚਲੋ ਫਿਰ ਆਪਾਂ ਸ਼ੁਰੂ ਕਰੀਏ। ਹੈ ਬਿਲਕੁਲ, ਆ ਜਾਓ ਫਿਰ। ਗਜ਼ਲ ਹੈਗੀ ਆ ਆਪਣੇ ਅਸ਼ੋਕ ਭੌਰਾ ਜੀ ਦੀ ਆ, ਤੇ ਉਹ ਕਹਿੰਦੇ ਵੀ ਜੇ ਬੰਦਾ ਵਹਿਮੀ ਹੋ ਜਾਵੇ, ਡਾਕਟਰ ਕੀ ਕਰੂ ਇਲਾਜ ਕੋਈ। ਵਾਹ, ਜੇ ਬੰਦਾ ਵਹਿਮੀ ਹੋ ਜਾਵੇ, ਡਾਕਟਰ ਕੀ ਕਰੂ ਇਲਾਜ ਕੋਈ। ਫਿਰ ਸਵਾਹ ਨਿਕਲਣਾ ਰਾਗ ਵਿੱਚ, ਫਿਰ ਸਵਾਹ ਨਿਕਲਣਾ ਰਾਗ ਵਿੱਚੋਂ, ਜੇ ਟੁੱਟਿਆ ਹੋਵੇ ਤਾਂ ਸਾਜ ਕੋਈ। ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਖੂਬ। ਤੇ ਅਗਲਾ ਸ਼ੇਰ ਆ, ਹਰ ਪਾਸੇ ਧਰਮ ਦਾ ਰੌਲਾ ਹੈ, ਖਾਸ ਕਰਕੇ ਆਪਣੇ ਮੁਲਕ ਚ ਹੈ ਨਾ, ਹਰ ਪਾਸੇ ਧਰਮ ਦਾ ਰੌਲਾ ਹੈ, ਪਰ ਧਰਮੀ ਕੋਈ ਦਿਸਦਾ ਨਹੀਂ। ਹਰ ਪਾਸੇ ਧਰਮ ਦਾ ਰੌਲਾ ਹੈ, ਪਰ ਧਰਮੀ ਕੋਈ ਦਿਸਦਾ ਨਹੀਂ। ਤਾਂ ਨਿੱਤ ਡਰਾਉਂਦਾ ਚਿੜੀਆਂ ਨੂੰ, ਫਿਰੇ ਹਲਕਿਆ ਹੋਇਆ ਬਾਜ ਕੋਈ। ਹੁਣ ਸਮਝ ਗਏ ਨਾ ਤੁਸੀਂ? ਤਾਂ ਨਿੱਤ ਡਰਾਉਂਦਾ ਚਿੜੀਆਂ ਨੂੰ, ਫਿਰੇ ਹਲਕਿਆ ਹੋਇਆ ਬਾਜ ਕੋਈ। ਬਿਲਕੁਲ ਬਿਲਕੁਲ, ਕਿਆ ਬਾਤ। ਅਗਲਾ ਫਿਰ ਹੈ, ਜੇ ਧਰਤੀ ਤਪਦੀ ਥਲ ਵਾਂਗੂ, ਬਹਿਣ ਸੁੱਕੇ ਦਰਿਆਵਾਂ ਦੇ। ਕਿਆ ਬਾਤ, ਜੇ ਧਰਤੀ ਤਪਦੀ ਥਲ ਵਾਂਗੂ ਤੇ ਬਹਿਣ ਸੁੱਕੇ ਦਰਿਆਵਾਂ ਦੇ, ਪਾਣੀ ਵਿੱਚ ਉੱਠਦੀਆਂ ਛੱਲਾਂ ਵੀ ਕਹਿੰਦੇ ਸੁਣ ਲੂ ਭਲਾ ਆਵਾਜ਼ ਕੋਈ। ਕਿਆ ਬਾਤ, ਪਾਣੀ ਵਿੱਚ ਉੱਠਦੀਆਂ ਛੱਲਾਂ ਦੀ ਕਹਿੰਦੇ ਸੁਣ ਲੂ ਭਲਾ ਆਵਾਜ਼ ਕੋਈ। ਤੇ ਅਗਲਾ ਸ਼ੇਰ ਹੈ ਵੀ, ਜੇ ਰੌਲਾ ਹੈ ਬੇਈਮਾਨੀ ਦਾ ਮੁਲਕ ਦੇ ਵਿੱਚ, ਜੇ ਰੌਲਾ ਹੈ ਬੇਈਮਾਨੀ ਦਾ ਅਤੇ ਪਰਜਾ ਖੁਸ਼ ਨਹੀਂ ਰਾਜੇ ਤੋਂ, ਬਿਲਕੁਲ, ਤੇ ਪਰਜਾ ਖੁਸ਼ ਨਹੀਂ ਰਾਜੇ ਤੋਂ, ਛੇਤੀ ਹੀ ਲਾ ਕੇ ਲੈ ਜਾਏਗਾ ਫਿਰ ਸਿਰ ਤੋਂ ਉਸਦੇ ਤਾਜ ਕੋਈ। ਜਿਵੇਂ ਤੁਹਾਨੂੰ ਪਤਾ ਵੀ ਬਾਦਲਾਂ ਦਾ ਤਾਜ ਲਿਆ ਹੋਇਆ ਹੁਣ ਜੀ ਜੀ ਜੀ, ਛੇਤੀ ਹੀ ਲਾ ਕੇ ਲੈ ਜਾਏਗਾ ਕੋਈ ਸਿਰ ਤੋਂ ਬਾਜ ਕੋਈ, ਦੂਜਾ ਤਾਜ ਕੋਈ। ਤੇ ਕੁਝ ਬੇਸੁਰੀਆਂ ਜੀਆਂ ਹੇਕਾਂ ਤੋਂ, ਕੁਝ ਬੇਸੁਰੀਆਂ ਜੀਆਂ ਹੇਕਾਂ ਤੋਂ ਕੁਝ ਬਣੇ ਗਵਈਏ ਦੱਸਦੇ ਨੇ, ਕੁਝ ਬੇਸੁਰੀਆਂ ਜੀਆਂ ਹੇਕਾਂ ਤੋਂ ਬਣੇ ਗਵਈਏ ਦੱਸਦੇ ਨੇ, ਸਾਡੇ ਬਾਪੂ ਹੀ ਬਸ ਕਰ ਗਏ ਨੇ, ਨਹੀਂ ਕੀਤਾ ਅਸੀਂ ਰਿਆਜ਼ ਕੋਈ। ਤੇ ਆਖਰੀ ਸ਼ੇਰ ਹੈ, ਉਸ ਮੁਲਕ ਦਾ ਭੌਰੇ ਰੱਬ ਰਾਖਾ, ਕਿਆ ਬਾਤ, ਜਿੱਥੇ ਕਰਜ਼ਾ ਚੁੱਕਿਆ ਹੋਰਾਂ ਨੇ
ਤੇ ਭਰਦਾ ਫਿਰੇ ਵਿਆਜ ਕੋਈ ਜਿੱਥੇ ਕਰਜ਼ਾ ਚੁੱਕਿਆ ਨੀਲਮ ਮੋਦੀ ਹੋਣੀ ਲੈ ਕੇ ਕਰਜ਼ਾ ਚੁੱਕੇ ਹੈ ਨਾ ਤੇ ਜੇ ਕਰਜ਼ਾ ਚੁੱਕਿਆ ਹੋਰਾਂ ਨੇ ਤੇ ਭਰਦਾ ਫਿਰੇ ਵਿਆਜ ਕੋਈ ਤੇ ਇਹ ਲਾਈਨਾਂ ਸੀ ਉਹਨਾਂ ਦੀ ਮੈਨੂੰ ਵਧੀਆ ਲੱਗੀਆਂ ਤੇ ਮੈਂ ਕਿਹਾ ਸਰੋਤਿਆਂ ਨਾਲ ਸਾਂਝੀਆਂ ਕਰਦੇ ਆ ਇਹ ਕੀ ਬਾਤ ਹੈ ਬਿਲਕੁਲ ਬਚੇਤਰ ਸਿੰਘ ਜੀ ਚਲੋ ਬਹੁਤ ਵਧੀਆ ਲੱਗਿਆ ਵਧੀਆ ਸੋਹਣੀ ਰਚਨਾ ਜਿਹੜੀ ਹੈ ਸਾਂਝੀ ਕੀਤੀ ਹੈ ਸੋ ਨਾਲ ਹੀ ਤੁਹਾਡੀ ਕਾਲ ਜਿਹੜੀ ਹੈ ਨਾ ਕਨੈਕਟ ਹੁੰਦੇ ਹੁੰਦੇ ਫਿਰ ਵੀ ਕਨੈਕਟ ਹੋ ਗਿਆ ਸੋ ਸਾਡੇ ਲਈ ਖੁਸ਼ੀ ਦੀ ਗੱਲ ਹੈ ਤੇ ਲੋ ਫਿਰ ਹੁਣ ਆਪਾਂ ਸੁਖਜੀਤ ਜੀ ਵੱਲ ਚੱਲਦੇ ਹਾਂ ਤੇ ਦੇਖਦੇ ਹਾਂ ਜੀ ਸੁਖਜੀਤ ਜੀ ਅੱਜ ਕੀ ਲੈ ਕੇ ਪਹੁੰਚੇ ਨੇ ਸੁਰਜੀਤ ਜੀ ਬਹਿਰੀਨ ਤੋਂ ਸਾਡੇ ਨਾਲ ਜੁੜ ਰਹੇ ਨੇ ਮਨਪ੍ਰੀਤ ਕੌਰ ਜੀ ਪਿੰਡ ਵਾਂਦਰ ਤੋਂ ਜਿਨ੍ਹਾਂ ਦੇ ਨਾਲ ਸਾਂਝ ਜ਼ਰੂਰ ਬਣਾਵਾਂਗੇ ਇਸ ਮੰਚ ਤੇ ਫਿਰ ਉਹਨਾਂ ਤੋਂ ਵੀ ਸੁਣਾਂਗੇ ਰਣਦੀਪ ਕੌਰ ਖੰਗੂੜਾ ਜੀ ਦੀਆਂ ਬਹੁਤ ਸਾਰੀਆਂ ਕਾਲਸ ਸਾਡੇ ਕੋਲ ਮਿਸ ਕਾਲ ਦੇ ਰੂਪ ਦੇ ਵਿੱਚ ਆ ਚੁੱਕੀਆਂ ਨੇ ਤੇ ਜ਼ਰੂਰ ਸਾਂਝ ਬਣਾਵਾਂਗੇ ਪਰ ਫਿਲਹਾਲ ਇਸ ਵੇਲੇ ਸਾਡੇ ਨਾਲ ਜੁੜ ਗਏ ਨੇ ਸਾਡੇ ਸਰੋਤੇ ਸੁਖਜੀਤ ਸਿੰਘ ਜੀ ਬਲਵੀਰ ਸੈਣੀ ਜੀ ਦੀ ਕਾਲ ਜਿਹੜੀ ਹੈ ਉਹ ਵੀ ਸ਼ੋਅ ਹੋ ਗਈ ਹੈ ਬਹੁਤ ਜਲਦ ਸਾਂਝ ਬਣਾਵਾਂਗੇ ਸਮਾਂ ਹੁਣ ਆਪਣੇ ਕੋਲ ਥੋੜਾ ਸਾਰੇ ਸਰੋਤਿਆਂ ਨੂੰ ਗੁਜ਼ਾਰਿਸ਼ ਕਿ ਸਮੇਂ ਦੀ ਕਦਰ ਜ਼ਰੂਰ ਕਰ ਲਿਓ ਥੋੜੀਆਂ ਜਿਹੀਆਂ ਰਚਨਾਵਾਂ ਛੋਟੀਆਂ ਕਰ ਲਿਓ ਤਾਂ ਕਿ ਆਪਾਂ ਸਾਰਿਆਂ ਦੀ ਹਾਜ਼ਰੀ ਜਿਹੜੀ ਇਸ ਮੰਚ ਤੇ ਲਗਵਾ ਸਕੀਏ ਸੋ ਸੁਖਜੀਤ ਜੀ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਚ ਜੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਸਵਾਗਤ ਸੁਖਜੀਤ ਜੀ ਕੀ ਲੈ ਕੇ ਆਏ ਹੋ ਫਿਰ ਅੱਜ ਦੋ ਕਰ ਲਿਓ ਆ ਜਾਓ ਦਿਲ ਕਾਲੇ ਨੇ ਤੇ ਸੂਰਤਾਂ ਪਿਆਰੀਆਂ ਦਿਲ ਕਾਲੇ ਨੇ ਤੇ ਸੂਰਤਾਂ ਪਿਆਰੀਆਂ ਕੱਚੇ ਤੰਦਾ ਜਹੀਆਂ ਅੱਜ ਕੱਲ ਯਾਰੀਆਂ ਪਾ ਕੇ ਚੋਗ ਪਿੱਛੋਂ ਮਾਰਦੇ ਨਿਤਾੜੀਆਂ ਕੱਚੇ ਤੰਦਾ ਜਹੀਆਂ ਅੱਜ ਕੱਲ ਯਾਰੀਆਂ ਭੀੜ ਪੈਂਦੀ ਜਦੋਂ ਲੈਂਦੇ ਯਾਰ ਸਾਰਨਾ ਪਹਿਲਾਂ ਵਾਲਾ ਹੁਣ ਯਾਰਾਂ ਚ ਪਿਆਰ ਨਾ ਪਹਿਲਾਂ ਵਾਲਾ ਹੁਣ ਯਾਰਾਂ ਚ ਪਿਆਰ ਨਾ ਆਵੇ ਸਮਝ ਨਾ ਆਵੇ ਸਮਝ ਨਾ ਕਾਤੋਂ ਮੱਤਾਂ ਮਾਰੀਆਂ ਕੱਚੇ ਤੰਦਾਂ ਜਿਹੀਆਂ ਅੱਜ ਕੱਲ ਯਾਰੀਆਂ ਪਾ ਕੇ ਝੋਗ ਪਿੱਛੋਂ ਮਾਰਦੇ ਨਿਤਾਰੀਆਂ ਕੱਚੇ ਤੰਦਾਂ ਜਿਹੀਆਂ ਅੱਜ ਕੱਲ ਯਾਰੀਆਂ ਯਾਰੀ ਪਿੱਛੇ ਰਾਂਝੇ ਕੰਨ ਪੜਵਾਏ ਸੀ ਮਹੀਵਾਲ ਨੇ ਵੀ ਪੱਟ ਚਰਵਾਏ ਸੀ ਮਹੀਵਾਲ ਨੇ ਵੀ ਪੱਟ ਚਰਵਾਏ ਸੀ ਉਦੋਂ ਯਾਰੀਆਂ ਸੀ ਬਹੁਤ ਹੀ ਨਿਆਰੀਆਂ ਉਦੋਂ ਯਾਰੀਆਂ ਬਹੁਤ ਸੀ ਨਿਆਰੀਆਂ ਕੱਚੇ ਤੰਦਾਂ ਜਹੀਆਂ ਅੱਜ ਕੱਲ ਯਾਰੀਆਂ ਪਾ ਕੇ ਚੋਗ ਪਿੱਛੋਂ ਮਾਰਦੇ ਨਿਤਾੜੀਆਂ ਕੱਚੇ ਤੰਦਾਂ ਜਹੀਆਂ ਅੱਜ ਕੱਲ ਯਾਰੀਆਂ ਤੁਹਾਡੇ ਤੋਂ ਪੂਰਾ ਗੀਤ ਜ਼ਰੂਰ ਸੁਣਾਂਗੇ ਸੋ ਬਹੁਤ ਬਹੁਤ ਸ਼ੁਕਰੀਆ ਇਸ ਮੰਚ ਤੇ ਆਉਣ ਦੇ ਲਈ ਸਾਡੇ ਸਾਰਿਆਂ ਦੇ ਨਾਲ ਸਾਂਝ ਬਣਾਉਣ ਦੇ ਲਈ ਤੇ ਸਮੇਂ ਦੇ ਅੰਦਰ ਅੰਦਰ ਇਸ ਗੀਤ ਨੂੰ ਸਾਨੂੰ ਸਾਰਿਆਂ ਨੂੰ ਸੁਣਾਉਣ ਦੇ ਲਈ ਸੁਰਜੀਤ ਜੀ ਬਹਿਰੀਨ ਤੋਂ ਜੁੜ ਗਏ ਨੇ ਆਓ ਚੱਲਦੇ ਆ ਸੁਰਜੀਤ ਜੀ ਵੱਲ ਸੁਰਜੀਤ ਜੀ ਸਵਾਗਤ ਪ੍ਰੋਗਰਾਮ ਚ ਗਗਨ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਸਵਾਗਤ ਅੱਜ ਸੁਰਜੀਤ ਜੀ ਕੀ ਲੈ ਕੇ ਆਏ ਹੋ ਫਿਰ ਇਸ ਮੰਚ ਦੇ ਸਾਡੇ ਸਾਰਿਆਂ ਵਾਸਤੇ ਮੈਂ ਲਖਵਿੰਦਰ ਬੰਡਾਲੀ ਦੀ ਹੈ ਚੋਰੀ ਉਹ ਲੈ ਕੇ ਆਇਆ ਜੀ ਆ ਜਾਓ ਫਿਰ ਹੁਕਾਂ ਦਾ ਤੂੰ ਵਿਛੋੜਾ ਰੱਬਾ ਰਾਂਝੇ ਨਾਲ ਪਾਇਆ ਏ ਸਾਰਾ ਇਲਜ਼ਾਮ ਲੋਕਾਂ ਸਾਡੇ ਸਿਰ ਲਾਇਆ ਏ ਚੰਗਾ ਕੀਤਾ ਨਾ ਭੁਆ ਕੇ ਸਾਡੀ ਦੂਰੀ ਲੋਕਾਂ ਬਦਨਾਮ ਕਰਤੀ ਨਾਲੇ ਮੈਂ ਤੇ ਕਿਉਂ ਦੀ ਮਿੱਠੀ ਚੁਰੀ ਲੋਕਾਂ ਬਦਨਾਮ ਕਰਤੀ ਹਾਂ ਲੋਕਾਂ ਬਦਨਾਮ ਕਰਤੀ ਉਹ ਕੀਤਾ ਕੀ ਗੁਨਾਹ ਪਾ ਕੇ ਰਾਂਝੇ ਨਾਲ ਪਿਆਰੀ ਮੈਂ ਕੀਤਾ ਕੀ ਗੁਨਾਹ ਪਾ ਕੇ ਰਾਂਝੇ ਨਾਲ ਪਿਆਰੀ ਮੈਂ ਲੱਭਿਆ ਸੀ ਚੰਗਾ ਕਰ ਮੁੰਡਾ ਸਰਦਾਰੀ ਮੈਂ ਪਿੱਛੇ ਪਿਆ ਜੱਗ ਸਾਰਾ
ਪਿੱਛੇ ਪਿਆ ਜੱਗ ਸਾਰਾ ਲਾਲੀ ਬਾਬਲੇ ਨੇ ਪੱਗ ਤੱਕੀ ਖੇੜਿਆਂ ਨੇ ਮੇਰੀ ਮਜਬੂਰੀ ਲੋਕਾਂ ਬਦਨਾਮ ਕਰਤੀ ਨਾਲੇ ਮੈਂ ਤੇ ਕਿਉਂ ਦੀ ਮਿੱਠੀ ਚੂਰੀ ਲੋਕਾਂ ਬਦਨਾਮ ਕਰਤੀ ਹਾਂ ਲੋਕਾਂ ਬਦਨਾਮ ਕਰਤੀ ਉਹ ਨਾਲੇ ਜੱਗ ਇਸ਼ਕ ਨੂੰ ਰੱਬ ਨਾਲ ਜੋੜਦਾ ਏ ਪਿਆਰ ਮੇਰੇ ਨੂੰ ਫਿਰ ਕਿਵੇਂ ਚੰਗਾ ਬੋਲਦਾ ਏ ਸਾਰਾ ਜੱਗ ਦਾ ਕਸੂਰ ਸਾਰਾ ਜੱਗ ਦਾ ਕਸੂਰ ਹੋਣ ਦਿੱਤੀ ਨਾ ਮੁਰਾਦ ਮੇਰੀ ਪੂਰੀ ਲੋਕਾਂ ਬਦਨਾਮ ਕਰਤੀ ਨਾਲੇ ਮੈਂ ਤੇ ਕਿਉਂ ਦੀ ਮਿੱਠੀ ਚੂਰੀ ਲੋਕਾਂ ਬਦਨਾਮ ਕਰਤੀ ਹਾਂ ਲੋਕਾਂ ਬਦਨਾਮ ਕਰਤੀ ਧੰਨਵਾਦ ਜੀ ਕਿਆ ਬਾਤ ਹੈ ਸਰ ਜੀ ਜੀ ਬਹੁਤ ਸੋਹਣੀ ਆਵਾਜ਼ ਬਹੁਤ ਸੋਹਣਾ ਗੀਤ ਬਹੁਤ ਬਹੁਤ ਸ਼ੁਕਰੀਆ ਇਸ ਮੰਚ ਤੇ ਆਉਣ ਦੇ ਲਈ ਸਾਡੇ ਸਾਰਿਆਂ ਨਾਲ ਸਾਂਝ ਬਣਾਉਣ ਦੇ ਲਈ ਲੋ ਜੀ ਚਲਦਿਆਂ ਖੁਸ਼ਹਾਲ ਸਿੰਘ ਮਲ ਜੀ ਵੱਲ ਅੱਜ ਵੈਸੇ ਮੈਂ ਸੋਚਿਆ ਸੀ ਕਿ ਤੁਹਾਨੂੰ ਮੈਂ ਸਾਰੇ ਆਡੀਓ ਮੈਸੇਜ ਸੁਣਾ ਕੇ ਜਾਊਂਗੀ ਪਰ ਮੈਨੂੰ ਲੱਗਦਾ ਕਿ ਅੱਜ ਆਡੀਓ ਮੈਸੇਜ ਸਾਰੇ ਫਿਰ ਨਹੀਂ ਸੁਣਾਏ ਜਾਣੇ ਤੇ ਬਾਕੀ ਦੇ ਪੈਂਡਿੰਗ ਜਿਹੜੇ ਆ ਮੈਨੂੰ ਫਿਰ ਤੋਂ ਆਪਣੇ ਝੋਲੇ ਦੇ ਵਿੱਚ ਸਮੇਟਣੇ ਪੈਣੇ ਨੇ ਅਗਲੀ ਵਾਰ ਫਿਰ ਵਾਅਦਾ ਕਰਦੀ ਹਾਂ ਪ੍ਰੋਗਰਾਮ 'ਚ ਸੁਣਾਉਂਗੀ ਪਰ ਹੁਣ ਫਿਲਹਾਲ ਸਾਡੇ ਨਾਲ ਅਗਲੇ ਸਾਡੇ ਸਰੋਤੇ ਜਿਨ੍ਹਾਂ ਦੀ ਸਾਂਝ ਬਣ ਚੁੱਕੀ ਹੈ ਆਓ ਚਲਦਿਆਂ ਦੇਖਦੇ ਹਾਂ ਜੀ ਕੌਣ ਨੇ ਕਿਹਨਾਂ ਦੀ ਆਵਾਜ਼ ਸਾਨੂੰ ਸੁਣਨ ਨੂੰ ਮਿਲਣ ਵਾਲੀ ਹੈ ਸੋ ਅੱਜ ਬੜੇ ਦਿਨਾਂ ਬਾਅਦ ਸੁਣਾਂਗੇ ਹਾਸਿਆਂ ਦੀ ਪਟਾਰੀ ਹੁੰਦੀ ਹੈ ਹਮੇਸ਼ਾ ਉਹਨਾਂ ਦੇ ਕੋਲ ਬਹੁਤ ਬਹੁਤ ਸਵਾਗਤ ਜੀ ਪ੍ਰੋਗਰਾਮ 'ਚ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਖੁਸ਼ਹਾਲ ਜੀ ਬਹੁਤ ਬਹੁਤ ਸਵਾਗਤ ਪਹਿਲਾਂ ਤੇ ਸੁਣਾਓ ਸਿਹਤ ਦਾ ਕੀ ਹਾਲ ਹੈ ਬੜੀਆਂ ਬੋਤਲਾਂ ਬੋਤਲਾਂ ਲਵਾ ਕੇ ਤਾਕਤਾਂ ਪਵਾਈ ਜਾ ਰਹੇ ਹੋ ਬਸ ਸਿਹਤ ਤਾਂ ਠੀਕ ਹੈ ਇੱਕੋ ਇੱਕੋ ਦਿਨ ਚੜਾਈ ਦੂਜੇ ਦਿਨ ਡਾਕਟਰ ਵੀ ਵਾਜਾ ਮਾਰਦਾ ਰਿਹਾ ਵੀ ਤੇਰੀ ਸਿਹਤ ਖਰਾਬ ਹੈ ਆ ਜਾ ਮੈਂ ਕਿਹਾ ਮੈਂ ਨਹੀਂ ਆਉਣਾ ਮਤਲਬ ਇੱਕ ਬੋਤਲ 'ਚ ਅਸੀਂ ਪੂਰੀ ਤਾਕਤ ਜਿਹੜੀ ਹੈ ਕੱਢ ਲਈ ਮਨ ਚ ਤਹੀ ਗੱਲ ਹੈ ਜਿਹੜੀ ਚੀਜ਼ਾਂ ਤੇ ਪਾਬੰਦੀਆਂ ਲੱਗੀਆਂ ਸੀ ਰੱਜ ਕੇ ਖਾਧੀਆਂ ਸੈੱਲ ਵੀ ਲੱਖ ਦੇ ਉੱਤੇ ਟੱਪ ਗਿਆ ਤੇ ਬਲੱਡ ਵੀ 16 ਦੇ ਉੱਤੇ ਟੱਪਿਆ ਹੁਣ ਬਿਪਤਾ ਵੀ ਕੱਢਣਾ ਕਿੱਦਾਂ ਹੈ ਤੁਸੀਂ ਜ਼ਿਆਦਾ ਹੀ ਵਧਾ ਲਿਆ ਕਿਉਂਕਿ ਬਾਕੀ ਚੱਲ ਪਰਦੇਸੀ ਨਾਲ ਵੀ ਪਿਆਰ ਆ ਰਿਹਾ ਨੀ ਗਿਆ ਜੇ ਫੋਨ ਕੋਲ ਪਿਆ ਵੀ ਹੁੰਦਾ ਸੀ ਨਾ ਸਿਹਤ ਇੰਨੀ ਖਰਾਬ ਸੀ ਕਈ ਵਾਰੀ ਕੋਲ ਚੱਲਦਾ ਇੱਕ ਵਾਰੀ ਏਦਾਂ ਨੀ ਸਿਹਤ ਪੈਂਦੀ ਬੱਕ ਲਾ ਕੇ ਮਨਾ ਹੀ ਲਈਏ ਚੰਨ ਪ੍ਰਦੇਸੀ ਨੂੰ ਦੋ ਚਾਰ ਲਾਈਨਾਂ ਕਹਿਣਾ ਕਿਉਂਕਿ ਹੁਣ ਸਮਾਂ ਥੋੜਾ ਆ ਜੀ ਤੇਰੇ ਤੋਂ ਦੂਰ ਜਾ ਕੇ ਵੀ ਦੂਰ ਜਾ ਨੀ ਹੋਣਾ ਦਿਲ ਕਿੰਨਾ ਖੋਇਆ ਤੇਰੇ ਤੋਂ ਲੁਕਾ ਨੀ ਹੋਣਾ ਗਮ ਵਿੱਚ ਨੀ ਤੈਨੂੰ ਪਾ ਨੀ ਹੋਣਾ ਗਮ ਇਹ ਨੀ ਕਿ ਤੈਨੂੰ ਭੁਲਾ ਨੀ ਹੋਣਾ ਕਿਉਂਕਿ ਜਿਹੜਾ ਜਿਹੜਾ ਜੇ ਪਿਆਰ ਮੁਹੱਬਤ ਕਦੇ ਭੁੱਲਦਾ ਨੀ ਹੈ ਜਿੰਨਾ ਰੂਹਾਂ ਤੱਕ ਆ ਹੁਣ ਕਿਉਂਕਿ ਦੀਵਾਨਾ ਹੋਣਾ ਪੈਂਦਾ ਮਸਤਾਨਾ ਹੋਣਾ ਪੈਂਦਾ ਜਿਸ ਰੂਪ ਵਿੱਚ ਰਾਜੀ ਹੋਵੇ ਚੰਨ ਪ੍ਰਦੇਸੀ ਉਹੀ ਭੇਸ ਪਟਾਉਣਾ ਪੈਂਦਾ ਆ ਇੱਥੇ ਖੁਸ਼ਹਾਲ ਵਰਗੇ ਕੀ ਇੱਥੇ ਮੁਰਸ਼ਿਦ ਨੂੰ ਨੱਚਣਾ ਤੇ ਗਾਉਣਾ ਪੈਂਦਾ ਬਾਕੀ ਹਰਮੇਲ ਜੀ ਹੋਣਾ ਦਾ ਇੱਕ ਮੈਸੇਜ ਆਇਆ ਸੀ ਮੈਂ ਵੇਖ ਕੇ ਮੈਨੂੰ ਵਕੀਲ ਸਾਹਿਬ ਦਾ ਇੱਕ ਚੁਟਕਲਾ ਚੇਤੇ ਆ ਗਿਆ ਇੱਕ ਵਾਰੀ ਕਿਸੇ ਗੁਆਂਢੀ ਆ ਦੋ ਬੈਠੀਆਂ ਸੀ ਭੈਣਾਂ ਤੇ ਕਹਿੰਦੀਆਂ ਵੀ ਤੇਰੀ ਲੜਕੀ ਦੀ ਸ਼ਾਦੀ ਫਿਕਸ ਹੋਈ ਸੀ ਕੀ ਗੱਲ ਹੋ ਗਈ ਵੀ ਤਰੀਕ ਵੀ ਲੰਘ ਗਈ ਆ ਉਹ ਕਹਿੰਦੇ ਹੁਣ ਆ ਗਈ ਸੀ ਮੁੰਡਾ ਮੋਹਰੇ ਪੇਸ਼ੇਵਰ ਵਕੀਲ ਆ ਜਦੋਂ ਵੀ ਡੇਟ ਫਿਕਸ ਹੁੰਦੀ ਉਹ ਗਾਂਧੀ ਤਰੀਕ ਲੈ ਲੈਂਦਾ ਵਾਜੀ ਵਾ ਕੀ ਬਾਤ ਹੈ ਸੋ ਜੱਜ ਕੋਲ ਜਾ ਕੇ ਮਸਲਾ ਨਿਬੜਨਾ ਹੈ ਬਾਕੀ ਪਿਆਰ ਮੁਹੱਬਤ ਸਭ ਦਾ ਸਰੋਤਿਆਂ ਦਾ ਬਣਿਆ ਰਹੇ ਕਿਉਂਕਿ ਦੀਵਾ ਤੇ ਬੱਤੀ ਹਮੇਸ਼ਾ ਸਹੀ ਹੁੰਦੇ ਆ ਅੱਗ ਲਾਉਣ ਵਾਲਾ ਤਾਂ ਤੀਸਰਾ ਬੰਦਾ ਹੀ ਹੁੰਦਾ ਹੈ ਬਿਲਕੁਲ ਜੀ ਬਿਲਕੁਲ ਸੋ ਇਸੇ ਤੀਸਰੇ ਤੋਂ ਸਾਰਿਆਂ ਨੇ ਸਾਵਧਾਨ ਰਹਿਣਾ ਸੋ ਇਸ ਪਰਿਵਾਰ ਨੂੰ ਇਹਨਾਂ ਨਜ਼ਰਾਂ ਤੋਂ ਬਚਾ ਕੇ ਰੱਖਣਾ ਸੋ ਬਹੁਤ ਪਿਆਰਾ ਪਰਿਵਾਰ ਹੈ ਸੋ ਖੁਸ਼ਹਾਲ ਜੀ ਬਹੁਤ ਸਾਰੀਆਂ ਸਾਡੀਆਂ ਦੁਆਵਾਂ ਕਿ ਤੁਸੀਂ ਹਮੇਸ਼ਾ ਚੜ੍ਹਦੀ ਕਲਾ 'ਚ ਰਹੋ ਤੰਦਰੁਸਤ ਰਹੋ ਅਤੇ ਇਸੇ ਤਰੀਕੇ ਦੇ ਨਾਲ ਸਾਨੂੰ ਸਾਰਿਆਂ ਨੂੰ ਹੱਸਦੇ ਅਤੇ ਹਸਾਉਂਦੇ ਰਹੋ ਬਹੁਤ ਬਹੁਤ ਸ਼ੁਕਰੀਆ ਮਨਪ੍ਰੀਤ ਕੌਰ ਜੀ ਪਿੰਡ ਵਾਂਦਰ ਤੋਂ ਆ ਗਏ ਨੇ ਜੀ ਕਹਿੰਦੇ ਮੈਂ ਬਿਲਕੁਲ ਗਗਨ ਅਜੇ ਢੇਰੀ ਢਾਹ ਕੇ ਬਹਿ ਗਈ ਸੀ ਵੀ ਅੱਜ ਮੇਰੀ ਬਾਰੀ ਜਿਹੜੀ ਹੈ ਪ੍ਰੋਗਰਾਮ ਦੇ ਵਿੱਚ ਨਹੀਂ ਆਉਣੀ ਹੈ ਕਿਉਂਕਿ ਪਹਿਲੇ ਪ੍ਰੋਗਰਾਮ 'ਚ ਵੀ ਕਾਲ ਨਹੀਂ ਲੱਗੀ ਸੀ ਅਤੇ ਕਹਿੰਦੇ ਮੇਰੀ ਦੂਜੇ 'ਚ ਵੀ ਉਮੀਦ
ਉਮੀਦ ਸੀ ਵੀ ਨਹੀਂ ਲੱਗਣੀ ਹੈ ਪਰ ਦੇਖੋ ਫਿਰ ਕਿਸਮਤ ਜਾਗ ਗਈ ਹੈ ਪਰ ਮੈਂ ਸੁਨੇਹੇ ਵੀ ਬਹੁਤ ਸਾਰੇ ਪੜ੍ਹਨੇ ਨੇ ਥੋੜੇ ਜਿਹੇ ਤਾਂ ਮੈਂ ਪੜ੍ਹੀ ਦੇਵਾਂ ਜਸਵਿੰਦਰ ਜੀ ਵਿਨੀਪੈਗ ਤੋਂ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਨੇ ਉਹ ਬੱਲੇ ਬੱਲੇ ਕਹਿੰਦੇ ਗਿੱਲ ਮੈਡਮ ਕਿਆ ਬਾਤ ਹੈ ਵਾਹ ਜੀ ਵਾਹ ਪਰਮਿੰਦਰ ਖਹਿਰਾ ਜੀ ਬਹੁਤ ਸੋਹਣੀ ਆਵਾਜ਼ ਰਚਨਾ ਬਚੇਤਰ ਸਿੰਘ ਜੀ ਵੈਰੀ ਗੁੱਡ ਸੋਹਣੀ ਆਵਾਜ਼ ਸੁਰਜੀਤ ਸਿੰਘ ਜੀ ਬਹਿਰੀਨ ਵਾਲੇ ਉਹ ਕਿਆ ਬਾਤ ਹੈ ਤੇ ਨਾਲ ਹੀ ਨਾ ਬਹੁਤ ਸੋਹਣੀ ਤਸਵੀਰ ਜਸਵਿੰਦਰ ਜੀ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਤੇ ਵਿਨੀਪੈਗ ਦੇ ਵਿੱਚ ਮੈਨੂੰ ਲੱਗਦਾ ਵੀ ਤਾਜ਼ਾ ਮੀਂਹ ਪਿਆ ਹੋਇਆ ਗਿੱਲੀਆਂ ਜਿਹੀਆਂ ਸੜਕਾਂ ਪਹੁੰਚ ਗਈਆਂ ਨੇ ਸਟੇਟਸ ਤੇ ਅਪਡੇਟ ਕਰਤੀ ਹੈ ਤਸਵੀਰ ਦੇਖ ਸਕਦੇ ਹੋ ਤੁਸੀਂ ਸਾਰੇ ਤੇ ਨਾਲ ਨਾਲ ਰਣਦੀਪ ਕੌਰ ਕੰਗੂੜਾ ਜੀ ਅੱਜ ਬਹੁਤ ਸਾਰੀਆਂ ਕਾਲਜ ਔਰ ਵਾਕਈ ਅੱਜ ਮਾਫ਼ੀ ਚਾਹਾਂਗੇ ਕਿ ਤੁਹਾਡੀ ਕਾਲ ਜਿਹੜੀ ਇਸ ਪ੍ਰੋਗਰਾਮ ਦੇ ਵਿੱਚ ਨਹੀਂ ਲੱਗ ਸਕੀ ਤੇ ਫਿਰ ਵੀ ਕੋਸ਼ਿਸ਼ ਰਹੂਗੀ ਬਲਵੀਰ ਸੈਣੀ ਜੀ ਤੁਹਾਡੇ ਤੋਂ ਵੀ ਮਾਫ਼ੀ ਚਾਹਾਂਗੇ ਤੇ ਮਨਪ੍ਰੀਤ ਜੀ ਮਾਨਸਾ ਵਾਲੇ ਤੁਹਾਡੇ ਤੋਂ ਵੀ ਬਿੰਦਰ ਭੈਣ ਜੀ ਸੁਖਵਿੰਦਰ ਭੈਣ ਜੀ ਤੁਹਾਡੇ ਸਾਰਿਆਂ ਤੋਂ ਅਲੀ ਜੀ ਤੁਹਾਡੇ ਤੋਂ ਵੀ ਮਾਫ਼ੀ ਚਾਹਾਂਗੇ ਕਿਉਂਕਿ ਬਹੁਤ ਸਾਰੀਆਂ ਕਾਲਾਂ ਨੇ ਜਿਹੜੀਆਂ ਅੱਜ ਮਿਸ ਕਾਲਾਂ ਬਣ ਕੇ ਰਹਿ ਜਾਣੀਆਂ ਨੇ ਕੀ ਕਰੀਏ ਸਮੇਂ ਦੇ ਵਿੱਚ ਬੰਨੇ ਹੋਏ ਨਾ ਕਦੇ ਕਦੇ ਸਮਾਂ ਵੀ ਸਾਨੂੰ ਫਿਰ ਮਜਬੂਰ ਕਰ ਦਿੰਦਾ ਸੋ ਬਲਵੀਰ ਸੈਣੀ ਜੀ ਚੰਡੀਗੜ੍ਹ ਤੋਂ ਗੁੱਡ ਈਵਨਿੰਗ ਕਹਿ ਰਹੇ ਨੇ ਸੋ ਨਿਰਮਲ ਸਿੰਘ ਜੀ ਚੰਨਣ ਵਾਲੀ ਆ ਸੋ ਬਿਲਕੁਲ ਜੀ ਬੜੇ ਦਿਨਾਂ ਬਾਅਦ ਅੱਜ ਇਹਨਾਂ ਦੀ ਸਾਂਝ ਸਾਡੇ ਨਾਲ ਬਣੀ ਹੈ ਅਮਰੀਕਾ ਤੋਂ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਨੇ ਸਤਿ ਸ੍ਰੀ ਅਕਾਲ ਗਗਨਦੀਪ ਜੀ ਪ੍ਰੋਗਰਾਮ ਵੈਰੀ ਨਾਈਸ ਹੁੰਦੇ ਨੇ ਜੀ ਹਰ ਰੋਜ਼ ਸੁਣਦੇ ਆ ਨਿਰਮਲ ਸਿੰਘ ਚੰਨਣ ਵਾਲੀ ਆ ਸਿਆਟਲ USA ਤੋਂ ਸੋ ਨਿਰਮਲ ਸਿੰਘ ਜੀ ਦਿਲੋਂ ਸ਼ੁਕਰੀਆ ਬਹੁਤ ਵਧੀਆ ਲੱਗਿਆ ਤੁਹਾਡੇ ਇਸ ਮੈਸੇਜ ਨੂੰ ਦੇਖ ਕੇ ਸੋ ਬੜੀ ਖੁਸ਼ੀ ਹੁੰਦੀ ਹੈ ਜਦੋਂ ਇਸ ਪਰਿਵਾਰ ਦੇ ਵਿੱਚ ਸਾਡੇ ਮੈਂਬਰ ਆਉਂਦੇ ਨੇ ਨਵੇਂ ਨਵੇਂ ਨਾਮ ਸਾਨੂੰ ਸੁਣਨ ਨੂੰ ਮਿਲਦੇ ਆ ਸੋ ਵਾਕਈ ਦਿਲ ਖੁਸ਼ ਹੋ ਜਾਂਦਾ ਸੋ ਇੱਕ ਵਾਰ ਫਿਰ ਤੋਂ ਨਿੱਘਾ ਜਿਹਾ ਸਵਾਗਤ ਤੁਹਾਡਾ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਤੇ ਲੋ ਹੁਣ ਆਪਾਂ ਮਨਪ੍ਰੀਤ ਜੀ ਦੀਆਂ ਗੱਲਾਂ ਸੁਣ ਲਈਏ ਨਹੀਂ ਤਾਂ ਰਹਿ ਜਾਣਗੀਆਂ ਤੇ ਨਾਲ ਨਾਲ ਨਾ ਸਿਮਰਨਜੀਤ ਜੀ ਲੁਧਿਆਣੇ ਵਾਲੇ ਅੱਜ ਮੇਰੇ ਖਾਣੇ ਦਾ ਪੂਰਾ ਖਿਆਲ ਰੱਖ ਰਹੇ ਨੇ ਪਹਿਲਾਂ ਖੀਰ ਪਹੁੰਚੀ ਹੁਣ ਸਾਗ ਵੀ ਆ ਗਿਆ ਸੋ ਬਹੁਤ ਬਹੁਤ ਸ਼ੁਕਰੀਆ ਬਲਰਾਮ ਜੀ USA ਤੋਂ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਨੇ ਸਤਿ ਸ੍ਰੀ ਅਕਾਲ ਦੀਪ ਜੀ ਤੇ ਸਾਰੇ ਸਰੋਤਿਆਂ ਨੂੰ ਇਹਨਾਂ ਵੱਲ ਵੀ ਸਤਿ ਸ੍ਰੀ ਅਕਾਲ ਪਹੁੰਚ ਗਈ ਹੈ ਸੋ ਰਾਮ ਸਿੰਘ ਜੀ ਫੁੱਲੋ ਮਿੱਠੀ ਤੋਂ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸੀ ਮਨਜੀਤ ਸਿੰਘ ਜੀ ਲਟਾਲਾ ਵਾਲੇ ਜਿਹੜੇ ਆ ਪ੍ਰੋਗਰਾਮ ਨੂੰ ਪਸੰਦ ਕਰ ਰਹੇ ਹੰਸਾ ਜੀ ਤਪਾ ਮੰਡੀ ਤੋਂ ਤੇ ਫਿਰ ਵੀ ਜੇ ਕਿਸੇ ਦੇ ਮੈਸੇਜ ਰਹਿ ਗਏ ਨਾ ਫਟਾਫਟ ਰਿਪੀਟ ਭੇਜ ਦਿਓ ਤਾਂ ਕਿ ਮੈਨੂੰ ਪਤਾ ਲੱਗ ਜਾਏ ਤੇ ਪਰਮਿੰਦਰ ਖਹਿਰਾ ਜੀ ਦੇ ਵੱਲੋਂ ਅੱਜ ਫਿਰ ਸਾਨੂੰ ਕੈਨੇਡਾ ਦੇ ਦਰਸ਼ਨ ਕਰਵਾਏ ਜਾ ਰਹੇ ਨੇ ਬਹੁਤ ਸੋਹਣੀਆਂ ਤਸਵੀਰਾਂ ਦੇ ਨਾਲ ਤੇ ਤੁਹਾਨੂੰ ਪਤਾ ਵੀ ਜਦੋਂ ਮੈਂ ਸਟੇਟਸ ਤੇ ਸਾਰੀਆਂ ਤਸਵੀਰਾਂ ਅਪਡੇਟ ਕਰ ਦਿੰਦੀ ਹਾਂ ਤੇ ਮੈਨੂੰ ਬਹੁਤ ਸਾਰੇ ਸਰੋਤਿਆਂ ਦੇ ਮੈਸੇਜ ਆਉਂਦੇ ਕਿ ਗਗਨ ਜੀ ਤੁਸੀਂ ਕੈਨੇਡਾ ਪਹੁੰਚੇ ਹੋ ਤੁਸੀਂ ਚਿੰਤਾ ਨਾ ਕਰੋ ਜਦੋਂ ਮੈਂ ਕੈਨੇਡਾ ਆਉਂਗੀ ਤੁਹਾਨੂੰ ਸਾਰਿਆਂ ਨੂੰ ਫੋਨ ਕਰਕੇ ਆਉਂਗੀ ਤੇ ਸਾਰਿਆਂ ਦੇ ਘਰ ਦੀ ਚਾਹ ਪੀ ਕੇ ਜਾਊਂਗੀ ਸੋ ਬਹੁਤ ਵਧੀਆ ਲੱਗਦਾ ਤੁਹਾਡੇ ਸਾਰਿਆਂ ਦੇ ਇਸ ਪਿਆਰ ਦੇ ਵਾਸਤੇ ਦਿਲੋਂ ਸ਼ੁਕਰੀਆ ਆਓ ਫਿਰ ਮਨਪ੍ਰੀਤ ਜੀ ਦੀਆਂ ਗੱਲਾਂ ਸੁਣ ਲਈਏ ਜਾਂਦੇ ਜਾਂਦੇ ਮਨਪ੍ਰੀਤ ਜੀ ਸਵਾਗਤ ਪ੍ਰੋਗਰਾਮ ਚ ਸਤਿ ਸ੍ਰੀ ਅਕਾਲ ਗਗਨ ਜੀ ਸਤਿ ਸ੍ਰੀ ਅਕਾਲ ਤੇ ਬਹੁਤ ਬਹੁਤ ਸਵਾਗਤ ਦੇਖ ਲਓ ਤੁਸੀਂ ਤਾਂ ਉਮੀਦ ਛੁੱਟੀ ਬੈਠੇ ਸੀ ਅਸੀਂ ਫਿਰ ਫੜ ਲਈ ਹਾਂਜੀ ਮੈਂ ਤਾਂ ਜਮਾਂ ਸੈੜਦੀ ਸੀ ਹੁਣ ਕੁਛ ਸੁਣਾਵਾਂ ਕਿ ਬਸ ਗੱਲਾਂ ਹੀ ਬਸ ਫਿਰ ਮਿੰਟ ਕੁ ਦੇ ਵਿੱਚ ਸੁਣਾ ਲਓ ਥੋੜਾ ਜਿਹਾ ਰੇਸ ਲਾ ਲਓ ਅੱਜ ਚਲੋ ਚਲੋ ਇੱਕ ਥੋੜੀ ਚੀਜ਼ ਹੈ ਮੈਂ ਹਾਂਜੀ ਥੋੜੀ ਚੀਜ਼ ਸੁਣਾਉਂਗੀ ਮੈਂ ਰਣਦੀਪ ਜੀ ਵਾਂਗੂ ਚੱਪਲਾਂ ਚੱਕ ਕੇ ਭੱਜਦੇ ਆ ਅੱਜ ਫਿਰ ਹਾਂਜੀ ਹਾਂਜੀ ਤੂੰ ਤੇ ਮੈਂ ਮੈਂ ਵਿੱਚ ਮੈਂ ਸੀ ਤੂੰ ਵਿੱਚ ਤੂੰ ਸੀ ਮੈਂ ਤੇ ਮੈਂ ਸੀ ਤੂੰ ਤਾਂ ਤੂੰ ਸੀ ਇਸ ਮੈਂ ਵਿੱਚ ਤੂੰ ਤੇ ਤੂੰ ਵਿੱਚ ਜਦੋਂ ਤੂੰ ਤੂੰ ਮੈਂ ਹੋਈ ਇਕੱਠੀ ਫਿਰ ਤੂੰ ਤੇ ਮੈਂ ਤੂੰ ਤੂੰ ਮੈਂ ਹੁੰਦੀ ਫਿਰ ਤੂੰ 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 ਤੇ ਮੈਂ ਵਿੱਚ ਹੀ ਖੋ ਗਏ ਧੰਨਵਾਦ ਕਿਆ ਬਾਤ ਹੈ ਬੜੀ ਸੋਹਣੀ ਉਲਝਾਈ ਹੈ ਤੂੰ ਤੂੰ ਮੈਨੂੰ ਲੱਗਦਾ ਆਪਾਂ ਨੂੰ ਸੁਲਝਾਉਂਦੇ ਕੱਲ ਹੋ ਜਾਣੀ ਹੈ ਕੱਲ ਦੇ ਪ੍ਰੋਗਰਾਮ ਚ ਸੁਲਝਾ ਕੇ ਗੁੱਛਾ ਬਣਾ ਕੇ ਲਿਆਵਾਂਗੇ ਸੋ ਬਹੁਤ ਬਹੁਤ ਸ਼ੁਕਰੀਆ ਮਨਪ੍ਰੀਤ ਜੀ ਤੂੰ ਤੂੰ ਮੈਂ ਤੂੰ ਤੂੰ ਸ਼ੁਕਰੀਆ ਸੋ ਵਾਕਈ ਜੀ ਬੜੀ ਵੱਖਰੇ ਅੰਦਾਜ਼ ਦੀ ਰਚਨਾ ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਇੰਨਾ ਪਿਆਰ ਤੇ ਮਾਣ ਬਖਸ਼ਣ ਦੇ ਲਈ ਇਸ ਮੰਚ ਤੇ ਸਾਡੇ ਸਾਰਿਆਂ ਦੇ ਨਾਲ ਚੱਲਣ ਦੇ ਲਈ ਸਾਂਝ ਬਣਾਉਣ ਦੇ ਲਈ ਤੇ ਰੁਪਿੰਦਰ ਕੌਰ ਮੱਲੀ ਜੀ ਕਹਿੰਦੇ ਗਗਨ ਜੀ ਸਾਡਾ ਟਾਈਮ ਹਾਏ ਮੈਂ ਤੁਹਾਡੇ ਤੋਂ ਵੀ ਮਾਫ਼ੀ ਚਾਹੁੰਦੀ ਹਾਂ ਕਿਉਂਕਿ ਹੁਣ ਮੈਨੂੰ ਲਗਾਤਾਰ ਮਾਫ਼ੀਆਂ ਮੰਗਣੀਆਂ ਪੈਣੀਆਂ ਨੇ ਰਾਮਜੀਤ ਕੰਗੂੜਾ ਜੀ ਕਹਿੰਦੇ ਮੇਰੇ ਮੈਸੇਜ ਸੋ ਵਾਕਈ ਅੱਜ ਫਿਰ ਬਹੁਤ ਕੁਛ ਰਹਿ ਗਿਆ ਕੋਈ ਗੱਲ ਨਹੀਂ ਵਾਧਾ ਰਿਹਾ ਕੱਲ ਦੇ ਪ੍ਰੋਗਰਾਮ ਚ ਫੇਰ ਲਾਵਾਂਗੇ ਰੌਣਕਾਂ ਕੱਲ ਜਿਹੜੇ ਰਹਿ ਗਏ ਮੈਸੇਜ ਨਾ ਫਿਰ ਸ਼ਾਮਿਲ ਕਰਾਂਗੇ ਤੇ ਹੁਣ ਫਿਰ ਮੈਨੂੰ ਗਗਨਦੀਪ ਨੂੰ ਦਿਓ ਇਜਾਜ਼ਤ ਜੀ ਨਹੀਂ ਕਰਦਾ ਹੁੰਦਾ ਇਜਾਜ਼ਤ ਲੈਣ ਨੂੰ ਪਰ ਕੀ ਕਰੀਏ ਸਮੇਂ ਦੇ ਵਿੱਚ ਬੰਨੇ ਆ ਸਮਾਂ ਫਿਰ ਸਾਨੂੰ ਘੜੀ ਵਾਲੇ ਡੰਡੇ ਵਿਖਾਉਣ ਲੱਗ ਜਾਂਦਾ ਨਹੀਂ ਤਾਂ ਪੈਣੇ ਸ਼ੁਰੂ ਹੋ ਜਾਣੇ ਨੇ ਸੋ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸ਼ੁਕਰੀਆ ਢੇਰ ਸਾਰੀਆਂ ਦੁਆਵਾਂ ਦੇ ਨਾਲ ਕਿ ਤੁਸੀਂ ਹਮੇਸ਼ਾ ਹੱਸਦੇ ਰਹੋ ਵੱਸਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਯੂਟਿਊਬ ਲਿੰਕ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਗਗਨਦੀਪ ਕੌਰ ਦੇ ਨਾਮ ਤੇ ਮੇਰਾ ਫੇਸਬੁੱਕ ਪੇਜ ਹੈ ਜੇ ਚੰਗਾ ਲੱਗੇ ਤਾਂ ਫੋਲੋ ਕਰ ਲਿਓ ਤੇ ਹੁਣ ਦਿਓ ਫਿਰ ਅੱਜ ਦੇ ਇਸ ਪ੍ਰੋਗਰਾਮ ਚੋਂ ਗਗਨਦੀਪ ਨੂੰ ਜਾਣ ਦੀ ਇਜਾਜ਼ਤ ਮਿਲਾਂਗੇ ਕੱਲ ਲੈ ਕੇ ਆਵਾਂਗੇ ਕੁਝ ਨਵਾਂ ਤੇ ਕੁਝ ਖਾਸ